ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਨਾਵਾਂ ਮੈਂ ਆ ਗੁਰਮਿੰਦਰ ਸਿੰਘ ਸਮਰ ਵਿਸ਼ਾ ਕੋਈ ਵੱਡਾ ਨਹੀਂ ਹੋਇਆ ਸਬਜੈਕਟ ਕੋਈ ਵੱਡਾ ਨਹੀਂ ਹੋਇਆ ਜਦੋਂ ਤੱਕ ਮਾਂ ਬੋਲੀ ਦਾ ਜ਼ਿਕਰ ਨਾ ਹੋਇਆ ਮਾਂ ਬੋਲੀ ਨੂੰ ਲੈ ਕੇ ਬਹੁਤ ਵੱਡੀ ਸਿਆਸਤ ਪੰਜਾਬ ਦੇ ਵਿੱਚ 1966 ਤੋਂ ਛੱਡੋ 1947 ਤੋਂ ਖੇਡੀ ਜਾ ਰਹੀ ਹੈ ਪੰਜਾਬੀ ਸੂਬੇ ਮੋਰਚੇ ਵਿੱਚ ਅਸੀਂ ਦੇਖਿਆ ਕਿ ਪੰਜਾਬੀਆਂ ਦਾ ਕਿੰਨਾ ਘਾਣ ਹੋਇਆ ਪੰਜਾਬੀ ਸੂਬਾ ਮੋਰਚਾ ਲੈ ਕੇ ਅੱਜ ਸਾਨੂੰ ਪਛਤਾਵਾ ਹੋ ਰਿਹਾ ਕਿ ਅਸੀਂ ਆਪਣਾ ਕਿੰਨਾ ਵੱਡਾ ਘਾਣ ਕਰਵਾ ਲਿਆ ਤੇ ਹੁਣ ਜਦੋਂ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰਾਂ ਦੀਆਂ ਨਿਯੁਕਤੀਆਂ ਹੋ ਰਹੀਆਂ ਨੇ ਤੇ ਮਾਂ ਬੋਲੀ ਦੇ ਜਿਹੜੀਆਂ ਪੋਸਟਾਂ ਸੀਗੀਆਂ ਨਿਯੁਕਤੀਆਂ ਉਹਦੇ ਵਿੱਚ ਅੰਗਰੇਜ਼ੀ ਜ਼ਿਆਦਾ ਹੈਗੀ ਆ ਦੋਵੇਂ ਨੰਬਰ ਤੇ ਸਾਡੀ ਮਾਂ ਬੋਲੀ ਭਾਸ਼ਾ ਹੈਗੀ ਆ ਚਲੋ ਉਹ ਵੀ ਚੱਲ ਗਿਆ ਵੀ ਕੋਈ ਟੈਕਨੀਕਲ ਵਜ੍ਹਾ ਹੋ ਸਕਦੀ ਆ ਹਾਲਾਂਕਿ ਉਹਦੇ ਵਿੱਚੋਂ ਵੀ ਵਜ੍ਹਾ ਬੜੀਆਂ ਨਿਕਲ ਆਉਣਗੀਆਂ ਉੱਧਰ ਹਲੇ ਜਾਣਾ ਨਹੀਂ ਹੈਗਾ ਮੈਂ ਗੱਲ ਕਰ ਰਿਹਾ ਕਿ ਪੰਜਾਬੀ ਵਿਸ਼ੇ ਦਾ ਜੋ ਇਮਤਿਹਾਨ ਹੋਇਆ ਸੀ ਉਹ ਸਾਡੇ ਆਲਮਾ ਮੈਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੀ ਵਾਈਸ ਚਾਂਸਲਰ ਨੇ ਲਿਆ ਸੀ ਮੈਂ ਤਾਂ ਉਹਦਾ ਹੀ ਨਾਮ ਲਊਗਾ ਡਾਕਟਰ ਅਰਵਿੰਦ ਸਿੰਘ ਢਿੱਲੋਂ ਉਹ ਸਿੰਘ ਢਿੱਲੋਂ ਨਹੀਂ ਲਾਉਂਦੇ ਪਰ ਮੈਂ ਦੱਸ ਦਿੰਦਾ ਉਹਨਾਂ ਦਾ ਪੂਰਾ ਨਾਮ ਡਾਕਟਰ ਅਰਵਿੰਦ ਸਿੰਘ ਢਿੱਲੋਂ ਨੇ ਤੇ ਪੰਜਾਬ ਦੇ ਜੱਟ ਫਿਰਕੇ ਨੂੰ ਬਿਲੋਂਗ ਕਰਦੇ ਨੇ ਤੇ ਬੜੇ ਵੱਡੇ ਵੱਡੇ ਹਿੰਦੁਸਤਾਨ ਦੇ IIT ਜਾਂ ਹੋਰ ਵੀ ਕਹਿ ਲਓ ਇੱਥੇ ਤੁਹਾਡਾ ਆਈਸਰ ਹੋ ਗਿਆ ਚੰਡੀਗੜ੍ਹ ਵਾਲਾ ਇਹਦੇ ਵਿੱਚ ਨਿਰਦੇਸ਼ਕ ਪ੍ਰਬੰਧਕੀ ਨਿਰਦੇਸ਼ਕ ਰਹੇ ਨੇ ਬਹੁਤ ਅੱਛੇ ਸਾਇੰਟਿਸਟ ਵੀ ਨੇ ਬੜੇ ਅੱਛੇ ਇਨਸਾਨ ਵੀ ਨੇ ਪਰ ਜ਼ਰੂਰੀ ਨਹੀਂ ਹੁੰਦਾ ਕਿ ਇਮਾਨਦਾਰ ਬੰਦਾ ਵਧੀਆ ਬੰਦਾ ਇੱਕ ਪ੍ਰਬੰਧਕ ਦੇ ਵਿੱਚ ਅੱਛਾ ਕਾਮਯਾਬ ਹੋਏਗਾ ਕਿਉਂਕਿ ਜਦੋਂ DPI ਨੇ ਸੈਕਟਰੀ ਐਜੂਕੇਸ਼ਨ ਨੇ ਪੰਜਾਬ ਸਰਕਾਰ ਨੇ ਪੋਸਟਾਂ PPSC ਤੋਂ ਵਾਪਸ ਲੈ ਕੇ ਬਿਨਾਂ ਕਿਸੇ ਨਿਯਮ ਤੋਂ ਯੂਨੀਵਰਸਿਟੀਆਂ ਨੂੰ ਦਿੱਤੀਆਂ ਕਿ ਤੁਸੀਂ ਪੇਪਰ ਕੰਡਕਟ ਕਰੋ ਤਾਂ ਉਹ ਪੇਪਰ ਕੰਡਕਟ ਕਰਨ ਲਈ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਚੁਣਿਆ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕਿਉਂ ਛੱਡਿਆ ਗਿਆ ਖੈਰ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਵਿਸ਼ਾ ਹੈ ਜਿਹੜਾ ਪੰਜਾਬੀ ਪੇਪਰ ਹੋਇਆ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਊਣਤਾਈਆਂ ਰਹਿ ਗਈਆਂ ਸੀ ਉਹਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਸੀ ਕਿ ਜਿਹੜੇ ਪੇਪਰ ਸੈਟਰ ਨੇ ਉਹਨਾਂ ਨੇ ਆਪਣੇ ਹੀ ਨੇੜੇ ਦੇ ਵਿਦਿਆਰਥੀਆਂ ਨੂੰ ਨੇੜਿਓ ਸਾਰਾ ਕੁਝ ਦਿਖਾ ਕੇ ਸੈੱਟ ਕਰਾ ਦਿੱਤਾ ਔਰ ਜੋ ਲਿਸਟਾਂ ਨੇ ਉਸੇ ਤਰੀਕੇ ਨਾਲ ਬੋਲਦੀਆਂ ਨੇ ਵਾਈਸ ਚਾਂਸਲਰ ਸਾਹਿਬ ਨੇ ਮੰਨਿਆ ਵੀ ਹੈਗਾ ਕਿ ਇਹ ਸਾਰਾ ਕੁਛ ਉਹਨਾਂ ਦੀ ਨਜ਼ਰ ਵਿੱਚ ਹੈਗਾ ਪਰ ਬਾਅਦ ਵਿੱਚੋਂ ਸਾਡੇ ਵੱਡੇ ਭਰਾ ਪ੍ਰਗਟ ਸਿੰਘ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਇਸ ਵਿਸ਼ੇ ਨੂੰ ਮੈਨੂੰ ਬੜੀ ਦੇਰ ਦੀ ਇੱਛਾ ਸੀ ਬਹੁਤ ਨੇੜਿਓ ਜਾਣਨ ਦੀ ਤੇ ਇੱਕ ਸ਼ਖਸ ਨੇ ਡਾਕਟਰ ਹਰਪ੍ਰੀਤ ਸਿੰਘ ਸਿੱਧੂ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਆਪਣੀ ਵਿੱਦਿਆ ਹਾਸਲ ਕੀਤੀ ਪੰਜਾਬੀ ਦਾ MA ਵੀ ਉੱਥੋਂ ਹੀ ਕੀਤਾ ਡਾਕਟਰੀ ਵੀ ਉੱਥੋਂ ਹੀ ਕੀਤੀ ਮਤਲਬ ਕਿ ਹੁਣ ਉਹ ਬੱਚਿਆਂ ਨੂੰ ਉੱਥੇ ਹੀ ਪੜ੍ਹਾ ਰਹੇ ਨੇ ਜਿਹੜੀ ਯੂਨੀਵਰਸਿਟੀ ਦੇ ਬਾਹਰ ਇੱਕ ਅਕੈਡਮੀ ਚਲਾ ਕੇ ਆਗਾਜ਼ ਕਲਾਸਿਸ ਦੇ ਨਾਂ ਦੇ ਉੱਪਰ ਉਹ ਕੰਮ ਕਰ ਰਹੇ ਨੇ ਚੰਗਾ ਉਦਮ ਕਰ ਰਹੇ ਲੇਕਿਨ ਇਹੋ ਜਿਹੇ ਬੰਦੇ ਟੈਕਨੀਕਲੀ ਬਹੁਤ ਕੁਝ ਜਾਣਦੇ ਹੁੰਦੇ ਸਭ ਤੋਂ ਪਹਿਲਾਂ ਤਾਂ ਆਪਾਂ ਸਵਾਗਤ ਕਰਦੇ ਹਾਂ ਉਹਨਾਂ ਦਾ ਡਾਕਟਰ ਸਿੱਧੂ ਤੁਹਾਡਾ ਬਹੁਤ ਸਵਾਗਤ ਹੈ ਪੰਜਾਬ ਨਾਵਾਂ ਦੇ ਇਸ ਮੰਚ ਦੇ ਉੱਤੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ ਧੰਨਵਾਦ ਜੀ ਥੈਂਕ ਯੂ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਸਮੇਂ ਦੇ ਨਾਲ ਨਾਲ ਤੁਹਾਡੇ ਕੀਮਤੀ ਵਿਚਾਰ ਵੀ ਅਸੀਂ ਲਵਾਂਗੇ ਹੁਣ ਤੁਸੀਂ ਸਾਨੂੰ ਇਹ ਦੱਸੋ ਵੀ ਜਿਹੜਾ ਡਾਕਟਰ ਅਰਵਿੰਦ ਕਹਿ ਰਹੇ ਨੇ ਕਿ ਪੰਜਾਬੀ ਦਾ ਪਰਚਾ ਹੋਇਆ ਜਿਹਨਾਂ ਨੇ ਪਾਇਆ ਪਾਤਾ ਜਿਹਨਾਂ ਨੇ ਕੀਤਾ ਕੀਤਾ ਮੇਰਾ ਉਹਦੇ ਵਿੱਚ ਕੀ ਕਸੂਰ ਆ ਊਣਤਾਈਆਂ ਕਿੰਨੀਆਂ ਸੀ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਪੇਪਰ ਵਿੱਚ ਊਣਤਾਈਆਂ ਕਿੰਨੀਆਂ ਸੀ ਔਰ ਉਹਨੂੰ ਲੁਕੋਇਆ ਕਿਵੇਂ ਗਿਆ ਅਗਲੀ ਗੱਲ ਆਪਾਂ ਬਾਅਦ ਚ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਮਝ ਜੀ ਪੇਪਰ ਵਿੱਚ ਜੇ ਊਣਤਾਈਆਂ ਦੀ ਗੱਲ ਕਰੀਏ ਤਾਂ ਜਿਸ ਦਿਨ ਇਹ ਪੇਪਰ ਹੋਇਆ ਉਸ ਤੋਂ ਬਾਅਦ ਬਹੁਤ ਸਾਰੇ ਜਿਹੜਾ ਬੁੱਧੀਜੀਵੀ ਵਰਗ ਸੀ ਜਾਂ ਬਹੁਤ ਸਾਰੇ ਜਿਹੜੇ ਪੜ੍ਹਨ ਲਿਖਣ ਵਾਲੇ ਲੋਕ ਸੀ ਉਹਨਾਂ ਨੇ ਇਹਨੂੰ ਸੋਸ਼ਲ ਮੀਡੀਆ 'ਤੇ ਉਠਾਇਆ ਕਿ ਪੇਪਰ ਦੀ ਬਣਤਰ ਵਿੱਚ ਬਹੁਤ ਗੜਬੜਾਂ ਨੇ ਪੇਪਰ ਵਿੱਚ ਸਵਾਲ ਦੀ ਬਣਤਰ ਜਿਹੜੀ ਬਣਾਈ ਗਈ ਆ ਉਹ ਚੰਗੇ ਢੰਗ ਨਾਲ ਨਹੀਂ ਬਣਾਈ ਗਈ ਜੇ ਬਣਾਈ ਗਈ ਆ ਤਾਂ ਫੇਸਬੁੱਕ ਦੇ ਉੱਤੋਂ ਕਿਤਾਬਾਂ ਜਿਹੜੀਆਂ ਹਜੇ ਘਰਾਂ ਤੱਕ ਲੋਕਾਂ ਤੱਕ ਨਹੀਂ ਪਹੁੰਚੀਆਂ ਅਲਮਾਰੀਆਂ ਤੱਕ ਲੋਕਾਂ ਦੀਆਂ ਜਿਹੜੀਆਂ ਲਾਇਬ੍ਰੇਰੀਆਂ ਤੱਕ ਨਹੀਂ ਪਹੁੰਚੀਆਂ ਉਹ ਕਿਤਾਬਾਂ ਦੇ ਨਾਂ ਪਾ ਦਿੱਤੇ ਗਏ ਤੋ ਇਸ ਤਰ੍ਹਾਂ ਦਾ ਬਹੁਤ ਇੱਕ ਵੱਡਾ ਵਿਵਾਦ ਜਿਹੜਾ ਸੋਸ਼ਲ ਮੀਡੀਆ ਤੇ ਨਿਰੰਤਰ ਜਾਰੀ ਜਿਹੜਾ ਰਿਹਾ ਉਹਦੇ ਨਾਲ ਸੰਬੰਧਿਤ ਬਹੁਤ ਸਾਰੇ ਬੰਦਿਆਂ ਨੇ ਕੁਝ ਸਵਾਲ ਵੀ ਜਿਹੜੇ ਉਠਾਏ ਗਏ ਨੇ ਪਰ ਮੈਂ ਜਦੋਂ ਇਸ ਪੇਪਰ ਨੂੰ ਮਤਲਬ ਵੇਖਦਾ ਹਾਂ ਤਾਂ ਅਸੀਂ ਇਸ ਪੇਪਰ ਨੂੰ ਪਹਿਲੀ ਗੱਲ ਤਾਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਦੇ ਨਾਂ ਤੇ ਪੰਜਾਬੀ ਭਾਸ਼ਾ ਦੇ ਨਾਂ ਤੇ ਇਹ ਵਿਸ਼ਵ ਦੀ ਦੂਸਰੀ ਯੂਨੀਵਰਸਿਟੀ ਆ ਤੇ ਉਹਦੇ ਵਿੱਚ ਉਹ ਪੰਜਾਬੀ ਦਾ ਪੇਪਰ ਹੀ ਬਣਾ ਰਿਹਾ ਤੇ ਮੈਂ ਜੇ ਗਲਤੀਆਂ ਤੁਹਾਨੂੰ ਇਹਦੀਆਂ ਮੈਂ ਗਣਵਾਉਣਾ ਹੁਣ ਇੱਕ ਇੱਕ ਕਰਕੇ ਪਰ ਮੈਂ ਉਸ ਤੋਂ ਪਹਿਲਾਂ ਦੱਸ ਦੇਵਾਂ ਕਿ ਬਹੁਤ ਜ਼ਿਆਦੀਆਂ ਗਲਤੀਆਂ ਤੇ ਕੁਝ ਸਵਾਲ ਜਾਣ ਬੁੱਝ ਕੇ ਮਤਲਬ ਇਸ ਤਰ੍ਹਾਂ ਦੇ ਬਣਾਏ ਗਏ ਕਿ ਜਿਹੜੇ ਵਿਸ਼ੇਸ਼ ਵਰਗ ਨੂੰ ਆਉਣ
जिन्हां तक हो सकता पहला पेपर जिहड़ा बनाउण वाले कुछ प्रोफेसरां वल्लों गया भी होगा होवेगा। पर उहदे विच इक गल इह है कि जदों असीं इन्हां गलतियां बारे गलबात कीती जां असीं इन्हां ने साडे तों फस्ट आंसर की तो बाद विद्यार्थियों तो जिहड़ा है ऑब्जेक्शनस मंगियां तो वह ऑब्जेक्शन विच इन्हां ने ना कुछ कु सवाल ही जिहड़े मतलब जिहड़े ठीक किए मतलब जिहड़ियां व्याकरणक पक्षों जां शब्द जोड़ां दीआं गलतियां पक्षों गलत सन पर बाकी सवाल नहीं किए। हुण इहदे पिछे भी एक सानू पॉलिटिक्स नज़र आउंदी है कि जिहड़े इन्हां दे विशेष हित दे सवाल गलत होणगे उहनां दे इन्हां ने सब नूं कॉमन नंबर देते जदों रिवाइज्ड आंसर की इन्हां ने पाई तो इन्हां ने चार सवालों के आंसर सारिआं नूं दे दित्ते ठीक है जिन्हां विच मतलब पैणा सी डंडास ते सही शब्द डंडास है पर पै गया डंडान जिदा कि कोई एक शब्द कब है सॉरी किताब का ना कथ है मनमोहन होरां दी ता उत्थे पेपर च कब पै गया। इस तरह के सवालों विचों सिर्फ चार सवालों के जिहड़े इन्होंने सारिआं नूं मतलब उत्तर दे दिते कि सारे बंदिआं नूं इन्हां दे चारां दे नंबर दे दिओ क्योंकि इन्हां शब्द जोड़ां दे पक्खों ये सवाल जिहड़े ने उह गलत बन गए ने। पर मैं तुहानूं इत्थे सवाल बनाउणा कि उह चार नहीं इस तरह के अंदाजन 25% पेपर 25-30% पेपर दे विच गलतियां ने जिहड़ियां जे तुसीं देणे सी फिर उह सारिआं नूं देंदे क्योंकि कुछ विशेष वर्ग नूं चार नंबर का फायदा हो गया पर जिन्हां दे ऑलरेडी ठीक सीगे जद मतलब जे मन्नदे आ कि डंडान ते डंडास बंदे नूं नहीं अंडरसटैंड कीता तो इस तरह के मैं तुहानूं कोई सवाल दसदा हाँ जिवें मान लो इन्हां ने ना मेरे को सैट ए दे हवाले नाल मैं गलबात करूँगा कि पेपर सैट ए आ उहदे विच इन्हां ने मतलब जे मैं शब्दां दीआं गलतियां गिण लग पाता 23 नंबर सवाल है ये कहिंदे कि उर्दू नूं उर्दू लिख दिता। इहदे च 24 नंबर सवाल है जिहदे विच किस्सा कवि सदीक लाली का नाम पाउणा सी तां इन्हां ने लिख दिता संदीन लाली नन्ना पा दिता। हुण इस सवाल का नंबर नहीं दिता कक्के की थां ते नन्ना पै गया इस सवाल का नंबर नहीं दिता इन्हां ने सस्से की थां ते नन्ना पै गया उहदा नंबर देता उहदा ही क्यों दिता लोकां नूं रिवाइज आंसर की इहदा फिर क्यों नहीं दिता। चलो जे कहिंदे आ कि इहदे नाल आंसर प्रभावित नहीं हुंदा मैं आंसर प्रभावित वाले सवाल भी कुछ होर जिहड़े तुहानूं दस दिंदा जिवें इसे विच तुसीं सवालां की गिनती करी जाओ 23 नंबर सवाल है 24 नंबर सवाल है 26 नंबर सवाल 26 नंबर सवाल दे विच कानड़े दी वार है श्री गुरु ग्रंथ साहिब जी विच दर्ज है तो इन्हां लिख दिता काकड़े की वार कानड़े की वार नूं काकड़े की वार लिख दिता। 27 नंबर सवाल दे विच हरिंदर सिंह रूप होरां दा नाम इन्हां ने हरिंदर सिंह नूर लिख दिता। हुण विद्यार्थी तां कन्फ्यूज़ आ कि सतिंदर सिंह नूर पढ़ीए असी कि हरिंदर सिंह जिहड़ा है नूर पढ़ीए। इसे तरह ही 33 नंबर सवाल है जिहदे विच प्रोफेसर प्रीतम सिंह लिखण की बजाए प्रीतम सिंह लिख दिता प्रोफेसर पूरा पाया ही नहीं आ। हुण प्रीतम सिंह नां दे पंजाबी च बहुत सारे साहित्यकार ने बहुत सारे लेखक ने किन्हां नूं अगला मन्ने। 34 नंबर सवाल दे विच इन्हां ने संत सिंह सेखों की थां ते संत सिंह सैखों पाता सस्से दे दलावां पा दित्तियां गईआं। इसे तरह ही 42 नंबर सवाल दे विच पुस्तक का जिहड़ा सही नाम है मैं बलविंदर सिंह होरां दी काव्य जिहड़ी पुस्तक है मैं भी आदि जुगाद तां इन्हां ने दित्ते विकल्पां विच मैं आदि जुगाद भी विचों चक ही दित्ता भी है ही नहीं गा। 44 नंबर सवाल दे विच संग्रह के स्पैलिंग इन्होंने गलत पाए हुए संग्रह पाया हुआ संग्रह काव्य संग्रह। 46 नंबर सवाल दे विच अथ की थां ते अब पाया हुआ है। इसे तरह ही इन्होंने 49 नंबर सवाल दे विच साडे कवि मदन वीरा का नाम मदन वीर लिख दिता मतलब मदन वीरा नहीं पाया मदन वीर लिख दिता। इदा ही 50 नंबर सवाल जिदे विच इन्हां ने 2020-2021-2020 लिखना सी 1917 इन्हां उहदे च लिख दिता 1920-1921 इहदा नंबर वैसे दे दिता हैगा उह तुहानूं दस्सूंगा बाद दे विच जाके पहले मैं करी गलतियां गिणाउण ते अपना जिहड़ा है केंद्रित हाँ। इसे तरह ही इन्हां ने जिहड़ा है 54 नंबर सवाल दे विच जसवीर राणा पाउण दी बजाए यशवीर पा दिता जइए दे पैर दे विच बिंदी इन्हां ने पाई हुई है उस पेपर दे विच पई आ। नावल दुल्ले की ढाब न दुल्ले की ढाब लिखण की बजाय दुले की ढाब लिख दिता 55 नंबर सवाल के 57 नंबर सवाल के उचेचा शब्द पाउण की बजाय कथन विच उचेवा पा दिता गया। छछो पंज पा दिता गया मतलब अद्धक पाई नहीं गई। इसे तरह ही जे असी इहदे विच 60 नंबर सवाल के जाइए तो चिड़िया पाया होया चिड़िया 61 नंबर जिहड़ा सवाल है उहदे च जिवें पुछे तां गए आ कि हरचरण सिंह होरां दे
ਨਾਟਕਾਂ ਦਾ ਸਹੀ ਜੁੱਟ ਦੱਸੋ ਪਰ ਥੱਲੇ ਜਿਹੜਾ ਇਕਾਂਗੀ ਸੰਗ੍ਰਹਿ ਵਾਲਾ ਜੁੱਟ ਜਿਹੜਾ ਸਹੀ ਕੀਤਾ ਹੋਇਆ ਹੈ। ਏਦਾਂ ਹੀ 73 ਨੰਬਰ ਸਵਾਲ ਦੇ ਵਿੱਚ ਡੰਡਾਸ ਦੀ ਥਾਵੇਂ ਡੰਡਾਨ ਇਹਨਾਂ ਨੇ ਪਾਇਆ ਹੋਇਆ ਹੈ, ਸੱਸੇ ਦੀ ਥਾਂ ਤੇ ਨੰਨਾ ਹੈ। 83 ਨੰਬਰ ਸਵਾਲ ਜਿਹੜਾ ਹੈ ਉਹ ਸੰਘੋਸ਼ ਦੀ ਥਾਂ ਤੇ ਜਿਹੜੀਆਂ ਸਾਡੀਆਂ ਧੁਨੀਆਂ ਨੇ ਸੰਘੋਸ਼ ਅਲਪ ਪ੍ਰਾਣ ਸੰਘੋਸ਼ ਮਹਾਂਪ੍ਰਾਣ ਜਿਹਨਾਂ ਨੂੰ ਨਾਦੀ ਅਲਪ ਪ੍ਰਾਣ ਅਸੀਂ ਕਹਿ ਲੈਂਦੇ ਹਾਂ ਜਾਂ ਨਾਦੀ ਮਹਾਂਪ੍ਰਾਣ ਜਾਂ ਨਾਦੀ ਦੇ ਬਰਾਬਰ ਅਸੀਂ ਕਹਿੰਦੇ ਹਾਂ, ਸੰਘੋਸ਼ ਦੀ ਥਾਂ ਤੇ ਸ਼ੋਕਤਾ ਜਿਹੜਾ ਹੈ ਵਰਡ ਜਿਹੜਾ ਹੈ ਲਿਖਿਆ ਹੋਇਆ ਸ਼ਬਦ ਜਿਹੜਾ ਲਿਖਿਆ ਹੋਇਆ ਸਾਡੇ ਕੋਲ ਮਿਲਦਾ ਹੈ। 84 ਨੰਬਰ ਸਵਾਲ ਜਿਹੜਾ ਹੈ ਉਹਦੇ ਵਿੱਚ ਸਤਿੰਦਰ ਸੰਘ ਪਾਇਆ ਹੋਇਆ ਹੈ। ਹੁਣ ਵਿਦਿਆਰਥੀ ਇਸ ਨੂੰ ਸੁਖਵਿੰਦਰ ਸੰਘਾ ਪੜ੍ਹੇ ਸਤਿੰਦਰ ਸਿੰਘ ਪੜ੍ਹੇ ਜਾਂ ਕੀ ਪੜ੍ਹੇ, ਜਿਹੜਾ ਸਵਾਲ ਪੁੱਛਿਆ ਗਿਆ ਹੋਇਆ ਉਹ ਵਿਆਕਰਣਕ 12 ਬਾਰੇ ਜਿਹੜਾ ਪੁੱਛਿਆ ਗਿਆ ਤਾਂ ਉਹ ਸੁਖਵਿੰਦਰ ਸੰਘਾ ਸ਼ਾਇਦ ਪਾਉਣਾ ਸੀ ਇਹਨਾਂ ਨੇ। ਤੋ ਇਸ ਤਰ੍ਹਾਂ ਦੇ ਤੁਸੀਂ ਸਵਾਲਾਂ ਦੀ ਜੇ ਅਸੀਂ ਗਿਣਤੀ ਕਰ ਲਈਏ ਤਾਂ ਮੇਰੇ ਖਿਆਲ ਦੇ ਵਿੱਚ ਇਹ 20-25 ਦੇ ਕਰੀਬ ਜਿਹੜੇ ਸਵਾਲ ਸਾਡੇ ਕੋਲ ਬਣਦੇ ਨੇ। ਹੁਣ ਇਹਨਾਂ ਨੇ ਚਲੋ ਸਵਾਲ ਗਲਤ ਕਰ ਦਿੱਤੇ, ਸ਼ਬਦਿਕ ਪੱਖੋਂ ਜਿਹੜਾ ਪੇਪਰ ਦੇਣ ਵਾਲਾ ਬੰਦਾ ਉਹ ਥੋੜ੍ਹਾ ਜਿਹਾ ਚਲੋ ਇੰਨੀ ਕੁ ਤਾਂ ਉਹ ਸਮਝ ਰੱਖਦਾ ਹੈ ਕਿ ਇਹ ਭਾਈ ਡੰਡਾਸ ਹੋਵੇਗਾ ਡੰਡਾ ਨਹੀਂ ਹੋਵੇਗਾ। ਚਲੋ ਆਪਾਂ ਇਹਨਾਂ ਦੇ ਕਹਿਣ ਮੁਤਾਬਕ ਚੱਲਦੇ ਹਾਂ, ਅੰਦਾਜ਼ੇ ਮੁਤਾਬਕ। ਪੇਪਰ ਦੇਣ ਵਾਲਾ ਬੰਦਾ ਜਿਹੜਾ ਹੈ ਇੰਨਾ ਕੁ ਅੰਦਾਜ਼ਾ ਤਾਂ ਲਾ ਕੇ ਚੱਲਦਾ ਕਿ ਇਹ ਸੰਗ੍ਰਹਿ ਦੀ ਥਾਂ ਤੇ ਗਲਤ ਲਿਖਿਆ ਗਿਆ ਹੋਵੇਗਾ ਜਾਂ ਇਹ ਮਦਨ ਵੀਰਾ ਹੀ ਲਿਖਣਾ ਸੀ, ਇਹਨਾਂ ਨੇ ਮਦਨ ਵੀਰ ਲਿਖ ਦਿੱਤਾ। ਇਹ ਮੰਨ ਕੇ ਚੱਲਦੇ ਆ ਕਿ ਇਹ ਬੰਦੇ ਅੰਦਰ ਪੜ੍ਹਨ ਲਿਖਣ ਵਾਲੇ ਨੂੰ ਇੰਨੀ ਕੁ ਅੰਡਰਸਟੈਂਡਿੰਗ ਹੋ ਜਾਂਦੀ, ਅਸੀਂ ਮੰਨ ਲਿਆ। ਪਰ ਉਹਨਾਂ ਵਿੱਚੋਂ ਇਹਨਾਂ ਨੇ ਕੁਛ 4 ਸਵਾਲ ਜਿਹੜੇ ਵਿਸ਼ੇਸ਼ ਦੇ ਨੂੰ ਫਿੱਟ ਬੈਠਦੇ ਸੀ ਉਹ ਚਾਰੇ ਸਵਾਲ ਇਹਨਾਂ ਗਲਤੀਆਂ ਕਰਕੇ 4 ਤਾਂ ਠੀਕ ਕਰਤੇ ਕਿ 4 ਦੇ ਸਭ ਨੂੰ ਨੰਬਰ ਦੇ ਦਿਓ, ਪਰ ਬਾਕੀ ਜਿਹੜੇ ਸਵਾਲ ਉਹਨਾਂ ਦੇ ਨੰਬਰ ਫਿਰ ਕਿਉਂ ਨਹੀਂ ਦਿੱਤੇ? ਕਿਉਂਕਿ ਉਹਨਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਗ੍ਰਾਮੈਟੀਕਲੀ ਜਾਂ ਸ਼ਾਬਦਿਕ ਜਾਂ ਵਿਆਕਰਨਿਕ ਗਲਤੀਆਂ ਮਿਲਦੀਆਂ ਨੇ। ਇੱਕ ਸਵਾਲ ਤਾਂ ਸਾਡੇ ਕੋਲ ਜਿਹੜਾ ਹੈ ਇਹ ਬਣਦਾ ਹੈ। ਜਿਵੇਂ ਮੈਂ ਤੁਹਾਨੂੰ ਜਿਹੜੇ ਇਹਨਾਂ ਨੇ 4 ਸਵਾਲਾਂ ਦੇ ਉੱਤਰ ਦਿੱਤੇ ਨੇ ਜਿਹਨਾਂ ਨਾਲ ਕਹਿੰਦੇ ਆ ਕਿ ਇਹ ਉੱਤਰ ਪ੍ਰਭਾਵਿਤ ਹੁੰਦਾ ਹੈ ਤੇ ਅਸੀਂ ਉਹਨੂੰ ਦੇ ਦਿੰਦੇ ਹਾਂ। 33 ਨੰਬਰ ਸਵਾਲ ਇਸ ਪੇਪਰ ਦੇ ਵਿੱਚ ਜਿਹੜਾ ਮੇਰੇ ਕੋਲ ਹੈ ਉਹਦੇ ਵਿੱਚ ਨਾ ਇਹਨਾਂ ਨੇ ਇੱਕ ਸਵਾਲ ਪੁੱਛਿਆ ਹੋਇਆ ਹੈ ਜਿਹੜਾ ਵਾਰਤਕਾਰਾਂ ਦਾ ਜਿਹੜਾ ਜੁੱਟ ਹੈ ਜਿਹਨਾਂ ਨੇ ਜੀਵਨੀ ਵੀ ਲਿਖੀ ਹੈ, ਜੀਵਨੀ ਲਿਖਣ ਦੇ ਆਧਾਰ ਤੇ 2 ਵਾਰਤਕਾਰਾਂ ਦੇ ਜਿਹੜੇ ਨਾਂ ਦੱਸਣੇ ਸੀ। ਪਹਿਲੇ ਅੰਸਰ ਕੀ ਜਿਹੜਾ ਇਹਨਾਂ ਨੇ ਪਾਈ ਸੀ ਉਹਦੇ ਚ ਸੀ ਅੰਸਰ ਇਹਦਾ ਉਹਨਾਂ ਨੇ ਠੀਕ ਦਿੱਤਾ ਸੀਗਾ, ਹਰਭਜਨ ਸਿੰਘ ਹੋਰਾਂ ਦਾ ਤੇ ਨਾਨਕ ਸਿੰਘ ਨਾਵਲਕਾਰ ਹੋਰਾਂ ਦਾ ਕਿ ਇਹਨਾਂ ਦੇ ਜੀਵਨੀਕਾਰ ਸਹੀ ਵੀ ਬਣਦਾ ਹੈ। ਪਰ ਅਗਲੇ ਵਿੱਚ ਇਹਨਾਂ ਨੂੰ ਲੱਗਾ ਕਿ ਜਿਹੜੇ ਬਾਕੀ ਆਪਸ਼ਨਾਂ ਬਣਾਈਆਂ ਗਈਆਂ ਜਿਵੇਂ ਸੰਤੋਖ ਸਿੰਘ ਧੀਰ ਹੋ ਗਿਆ, ਕੁਲਵੀਰ ਸਿੰਘ ਕਾਂਗ ਹੋ ਗਏ, ਉਹਨਾਂ ਨੇ ਵੀ ਇਸ ਤਰ੍ਹਾਂ ਦਾ ਲਿਖਿਆ ਹੈ ਤਾਂ ਉਹ 1 ਤੋਂ ਵਧੇਰੇ ਜਿਹੜੀਆਂ ਆਪਸ਼ਨਾਂ ਸਹੀ ਬਣਦੀਆਂ ਸੀ ਤੇ ਇਸ ਕਰਕੇ ਇਹਨਾਂ ਸਵਾਲ ਨੂੰ ਇਸ ਨੂੰ ਗਲਤ ਕਰ ਦਿੱਤਾ। ਅਸੀਂ ਮੰਨ ਲਿਆ ਵੀ ਚਲੋ ਠੀਕ ਹੈ ਜੀ, ਇਹਨਾਂ ਦੀ ਗੱਲ ਵਿੱਚ ਸਾਨੂੰ ਕੁਛ ਦਮ ਲੱਗਦਾ ਹੈ। ਇਸੇ ਤਰ੍ਹਾਂ ਹੀ ਇਹਨਾਂ ਨੇ ਜਿਹੜਾ 50 ਨੰਬਰ ਸਵਾਲ ਸੀਗਾ ਸਾਡੇ ਕੋਲ ਪੇਪਰ ਵਿੱਚ ਦਿੱਤਾ ਹੋਇਆ ਹੈ 1920 ਦੀ ਥਾਂ ਤੇ 2020 ਦੀ ਥਾਂ ਤੇ 1920 ਲਿਖ ਦਿੱਤਾ ਗਿਆ, ਮਤਲਬ ਜਿੱਥੇ 2000 ਲਿਖਣਾ ਸੀ ਉੱਥੇ 19 ਲਿਖ ਦਿੱਤਾ ਗਿਆ, ਜਿਹਦੇ ਵਿੱਚ ਅਸੀਂ ਇਹ ਵੀ ਮੰਨ ਲਿਆ ਕਿ ਇਹ ਵੀ ਸਾਰੇ ਸਵਾਲ ਦੀ ਬਣਤਰ ਗਲਤ ਹੋ ਗਈ। ਇਹ ਇਹਨਾਂ ਨੇ ਵਿਦਿਆਰਥੀਆਂ ਨੂੰ ਦੇ ਦਿੱਤਾ ਜਿਹੜਾ ਨੰਬਰ, ਸਾਰਿਆਂ ਨੂੰ ਇਹਨਾਂ ਨੇ ਦੇ ਦਿੱਤਾ। ਇੱਦਾਂ ਹੀ ਜਿਹੜਾ ਇਹਦੇ 'ਚ ਇੱਕ ਸਵਾਲ ਹੈ 73 ਨੰਬਰ, ਪਹਿਲਾਂ ਮੈਂ ਜਿਹਨਾਂ ਦੇ ਨੰਬਰ ਦਿੱਤੇ ਉਹਨਾਂ ਬਾਰੇ ਗੱਲ ਕਰੂੰਗਾ, ਫਿਰ ਮੈਂ ਦੂਸਰਿਆਂ ਬਾਰੇ ਗੱਲਬਾਤ ਤੇ ਆਪਣੀ ਕਰਾਂਗਾ। 73 ਨੰਬਰ ਦੇ ਵਿੱਚ ਇਹਨਾਂ ਨੇ ਇੱਕ ਲੋਕ ਨਾਚ ਦਾ ਜਿਹੜਾ ਬਾਜੀਗਰਾਂ ਵੱਲੋਂ ਨੱਚਿਆ ਜਾਂਦਾ ਲੋਕ ਨਾਚ ਡੰਡਾਸ ਜਿਹੜਾ ਹੈ ਮਾਲਟੇ ਦੇ ਬਾਜੀਗਰਾਂ ਦੁਆਰਾ, ਡੰਡਾਸ ਦੀ ਥਾਂ ਤੇ ਡੰਡਾਨ ਲਿਖ ਦਿੱਤਾ ਗਿਆ। ਇਹਨਾਂ ਕਹਿ ਕੇ ਬੱਚੇ ਨੂੰ ਡੰਡਾਸ ਤੇ ਡੰਡਾਨ ਬਾਰੇ ਨਹੀਂ ਪਤਾ ਲੱਗਾ, ਲੋਕ ਧਾਰਾ ਦਾ ਵਿਦਿਆਰਥੀ ਤਾਂ ਜਾਣਦਾ ਹੋ ਸਕਦਾ ਹੈ, ਬਾਕੀ ਵਿਦਿਆਰਥੀ ਨਹੀਂ ਜਾਣਦੇ, ਇਸ ਕਰਕੇ ਇਹਦਾ ਸਹੀ ਉੱਤਰ ਡੰਡਾਸ ਹੈ, ਸਾਡੇ ਤੋਂ ਨੰਨਾ ਲਿਖਿਆ ਗਿਆ, ਇਹਦਾ ਵੀ ਨੰਬਰ ਦੇ ਦਿੱਤਾ ਜਾਵੇ, ਉਹ ਵੀ ਦੇ ਦਿੱਤਾ ਗਿਆ। ਇੱਦਾਂ ਹੀ ਜੇ ਅਸੀਂ ਥੋੜ੍ਹਾ ਜਿਹਾ ਅੱਗੇ ਚੱਲੀਏ ਤਾਂ 83 ਨੰਬਰ ਸਵਾਲ ਹੈ ਇਸ ਪੇਪਰ ਦੇ ਵਿੱਚ ਜਿੱਥੇ ਸੰਘੋਸ਼ ਪੈਣਾ ਸੀ, ਸੰਘੋਸ਼ ਦੀ ਥਾਂ ਤੇ ਸ਼ੋਕਤਾ ਸ਼ਬਦ ਪੈ ਗਿਆ ਤੇ ਉਹਦਾ ਜਿਹੜਾ ਇਹਨਾਂ ਨੇ ਸਵਾਲ ਨੂੰ ਕੈਂਸਲ ਕਰਕੇ ਸਾਰਿਆਂ ਨੂੰ ਸਹੀ ਉੱਤਰ ਜਿਹੜਾ ਹੈ ਸ਼ੋਕਤਾ ਦਾ ਦਿੱਤਾ ਹੋਇਆ ਹੈ। ਅਸੀਂ ਮੰਨ ਲਿਆ ਕਿ 4 ਜਿਹੜੇ ਸਵਾਲ ਨੇ ਇਹਨਾਂ ਨੇ ਉਹਨਾਂ ਦੇ ਨੰਬਰ ਦੇ ਦਿੱਤੇ ਗਏ ਤੇ 4 ਵਿੱਚ ਇਹ ਮੰਨ ਲਿਆ ਗਿਆ ਕਿ ਇਹਨਾਂ ਦੀ ਜਿਹੜੀ ਸ਼ਬਦ ਜੋੜਾਂ ਦੀ ਜਿਹੜੀ ਗਲਤੀ ਕਰਕੇ ਉੱਤਰ ਪ੍ਰਭਾਵਿਤ ਹੁੰਦਾ ਹੈ ਤਾਂ ਇਸ ਕਰਕੇ ਅਸੀਂ ਇਹਨਾਂ ਦੇ 4 ਦੇ ਨੰਬਰ ਦੇ ਦਿੰਦੇ ਹਾਂ। ਪਹਿਲੀ ਗੱਲ ਤਾਂ ਕਿ ਜਿਸ ਬੰਦੇ ਨੇ ਇਸ ਪੇਪਰ ਨੂੰ ਦਿੱਤਾ ਹੈ ਉਹਨੇ ਸ਼ੋਕਤਾ ਦਾ ਅੰਦਾਜ਼ਾ ਲਾ ਲਿਆ ਕਿ ਇਹ ਸਾਰਾ ਜਿਹੜਾ ਹੈ ਸਾਡਾ ਜਿਹੜਾ ਮਤਲਬ ਧੁਨੀ ਨਾਲ ਸੰਬੰਧਿਤ ਸਵਾਲ ਪੁੱਛਿਆ ਜਾ ਰਿਹਾ ਹੈ ਤਾਂ ਇਹ ਸੰਘੋਸ਼ ਹੋਊਗਾ, ਇੰਨੀ ਕੁ ਅੰਡਰਸਟੈਂਡਿੰਗ ਬੰਦਾ ਰੱਖਦਾ ਹੈ ਤਾਂ ਉਹਨਾਂ ਨੇ ਜਿਹਨਾਂ ਬੱਚਿਆਂ ਨੇ ਇੰਨੀ ਅੰਡਰਸਟੈਂਡਿੰਗ ਰੱਖਦੇ ਹੋਏ ਇੰਨੀ ਕੁ ਸਮਝ ਰੱਖਦੇ ਹੋਏ ਸੁਰ ਤੰਦਾਂ ਦੀ ਹਰਕਤ ਨਾਲ ਇਹਦਾ ਸਹੀ ਉੱਤਰ ਦਿੱਤਾ ਸੀ ਉਹਨਾਂ ਨੂੰ ਇਸ ਸਵਾਲ ਦੇ ਜਵਾਬ ਦਾ ਕੋਈ ਫਾਇਦਾ ਨਹੀਂ ਹੋਇਆ, ਜਦਕਿ ਉਹ ਫਾਇਦਾ ਉਹ ਵਿਦਿਆਰਥੀ ਲੈ ਗਏ ਜਿਨ੍ਹਾਂ ਦਾ ਇਹ ਸਵਾਲ ਪਹਿਲਾਂ ਤੋਂ ਹੀ ਗਲਤ ਸੀ
ਉਹਨਾਂ ਦਾ ਇੱਕ ਨੰਬਰ ਮਿਲ ਗਿਆ। ਏਦਾਂ ਹੀ ਜਿਸ ਬੰਦੇ ਨੂੰ ਇਹ ਪਤਾ ਸੀ ਕਿ ਇਹ ਡੰਡਾਸ ਸ਼ਬਦ ਹੋਣਾ ਚਾਹੀਦਾ ਹੈ, ਡੰਡਾਨ ਲਿਖਿਆ ਗਿਆ ਹੋਊਗਾ, ਚਲੋ ਟਾਈਪਿੰਗ ਵਿੱਚ ਜਾਂ ਕਿਸੇ ਤਰ੍ਹਾਂ ਦੀ ਹੋਰ ਗਲਤੀ ਰਹਿ ਗਈ ਹੋਊਗੀ, ਜਿਸ ਬੰਦੇ ਨੇ ਇਹਨੂੰ ਡੰਡਾਨ ਲਾਇਆ ਸੀ ਡੀ ਅੰਸਰ ਇਹਨਾਂ ਪਹਿਲੀ ਅੰਸਰ ਕੀ ਠੀਕ ਕੀਤਾ ਸੀ, ਪਰ ਜਿਹਨਾਂ ਬੱਚਿਆਂ ਦਾ ਇਹ ਠੀਕ ਸੀ ਬਾਅਦ ਦੇ ਵਿੱਚ ਸਾਰਿਆਂ ਨੂੰ ਨੰਬਰ ਦੇ ਦਿੱਤਾ ਗਿਆ, ਜਿਹਨਾਂ ਦਾ ਠੀਕ ਸੀ ਉਹ ਦੋ ਨੰਬਰ ਉਹਨਾਂ ਨਾਲੋਂ ਪਿੱਛੇ ਰਹਿ ਗਏ। ਕਿਉਂਕਿ ਇਸੇ ਤਰ੍ਹਾਂ ਹੀ ਜਿਹੜਾ ਇੱਕ ਸਵਾਲ ਹੋਰ ਜਿਹਦੇ ਬਾਰੇ ਆਪਾਂ ਗੱਲ ਕਰਦੇ ਸੀਗੇ, ਇਹਨਾਂ ਨੇ ਜਿਹੜਾ ਹੈ 73 ਨੰਬਰ ਸਵਾਲ ਤੋਂ ਬਾਅਦ ਜਿਹੜਾ ਇਸ ਪੇਪਰ ਦੇ ਵਿੱਚ 50 ਨੰਬਰ ਸਵਾਲ ਹੈ, ਉਹ ਵੀ ਅਸੀਂ ਮੰਨ ਲਿਆ ਕਿ ਇਹਨਾਂ ਨੇ ਸਾਰਿਆਂ ਨੂੰ ਨੰਬਰ ਦੇ ਦਿੱਤਾ। ਪਰ ਜਿਸ ਬੰਦੇ ਨੇ ਇਹ ਸੋਚਿਆ ਕਿ ਇਹ 200 ਲਿਖਿਆ ਜਾਣਾ ਸੀ, 1900 ਗਲਤੀ ਨਾਲ ਲਿਖਿਆ ਗਿਆ, ਕਿਉਂਕਿ ਮਨਮੋਹਨ ਕਵੀ ਜਿਹੜੇ ਨੇ ਸਾਡੇ ਉਹ ਸਮਕਾਲੀ ਨੇ, ਤਾਂ ਉਹਨਾਂ ਦੀ ਸਮਕਾਲੀ ਇਹ ਹੁਣੇ ਆਈ ਕਿਤਾਬ 21 ਹੈ, ਤੇ ਜਿਹਨਾਂ ਦਾ ਬੀ ਅੰਸਰ ਪਹਿਲਾਂ ਹੀ ਸਹੀ ਸੀ ਉਹਨਾਂ ਦਾ ਵੀ ਇੱਕ ਨੰਬਰ ਹੋਰ ਜਾਂਦਾ ਰਿਹਾ। ਇੱਦਾਂ ਹੀ ਜਿਹੜਾ ਪਹਿਲਾ ਸਵਾਲ ਸੀ ਜੀਵਨੀ ਦੇ ਲੇਖਾਂ ਵਾਲਾ, ਉਹ ਜ਼ਿਆਦਾ ਜਿਹੜਾ ਉਹਦੇ ਚੋਂ ਡਾਕਟਰ ਭਜਨ ਸਿੰਘ ਤੇ ਨਾਨਕ ਸਿੰਘ ਹੋਰਾਂ ਵਾਲੀ ਆਪਸ਼ਨ ਸਹੀ ਲੱਗਦੀ ਸੀ। ਤੋ ਜਿਹਨਾਂ ਬੱਚਿਆਂ ਦੇ ਪਹਿਲਾਂ ਹੀ ਇਹ 4 ਸਵਾਲ ਸਹੀ ਲੱਗੇ ਸੀ, ਉਹ 4 ਨੰਬਰ ਇਹਨਾਂ ਕਿਸੇ ਨੂੰ ਦੇ ਦਿੱਤੇ, ਦੂਸਰੇ ਬੱਚਿਆਂ ਨੂੰ ਦੇ ਦਿੱਤੇ। ਮੰਨ ਲਓ ਦੋ ਬੱਚੇ 50 ਨੰਬਰ ਤੇ ਖੜੇ ਨੇ, ਮੰਨ ਲਵੋ 50 ਜਾਂ ਮੰਨ ਲਓ ਅਸੀਂ ਇਹ ਕਹਿੰਦੇ ਹਾਂ ਕਿ 68 ਨੰਬਰ ਤੇ ਕੱਟ ਲਿਸਟ ਗਈ ਆ, ਦੋ ਬੱਚੇ ਜਿਹੜੇ 65 ਨੰਬਰ ਦੇ ਉੱਪਰ ਖੜੇ ਨੇ, ਇੱਕ ਦੇ ਤਾਂ ਉਹ 4 ਪਹਿਲਾਂ ਹੀ ਸਹੀ ਸੀ ਪੇਪਰ ਦੇ ਵਿੱਚ, ਉਹਦੇ ਤਾਂ ਉਹ ਤਾਂ 65 ਤੇ ਰਹਿ ਗਿਆ, 65 ਤੇ ਰਹਿ ਗਿਆ। ਦੂਸਰੇ ਬੰਦੇ ਜਿਹਦੇ ਉਹ ਗਲਤ ਸਵਾਲ ਸੀਗੇ, ਉਹ 65 ਤੇ 4 69 ਨੰਬਰ ਲੈ ਕੇ ਉਹ ਮੈਰਿਟ ਵਿੱਚ ਆ ਗਿਆ, ਦੂਸਰਾ ਰਹਿ ਗਿਆ। ਫਿਰ ਮੈਂ ਮੰਨਦਾ ਹਾਂ ਕਿ ਉਸ ਬੰਦੇ ਦਾ ਕੀ ਕਸੂਰ ਆ ਜਿਹਨੇ ਇੰਨੀ ਆਪਣੀ ਸਮਝ ਨਾਲ ਉੱਤਰ ਲਾਤਾ ਕਿ ਇਹ ਸ਼ਾਬਦਿਕ ਪੱਖੋਂ ਗਲਤੀ ਹੋ ਗਈ ਹੋਊਗੀ, ਮੰਨ ਲਿਆ ਇਹਨਾਂ ਨੇ ਨੰਬਰ ਦੇ ਤੇ। ਹੁਣ ਮੈਂ ਇਸ ਤਰ੍ਹਾਂ ਦੇ ਹੋਰ ਸਵਾਲ ਗਣਾਉਣਾ ਹਾਂ, ਜੇ ਇਹਨਾਂ ਨੇ ਇਹਨਾਂ 4 ਦਿੱਤੇ ਫਿਰ ਉਹਨਾਂ ਦੇ ਕਿਉਂ ਨਹੀਂ ਦਿੱਤੇ, ਉਹਨਾਂ ਦੇ ਦੇਣੇ ਵੀ ਬਣਦੇ ਸੀ ਜੇ ਵਿਆਕਰਨਿਕ ਪੱਖੋਂ ਅਸੀਂ ਵੇਖੀਏ ਤਾਂ, ਫਿਰ ਉਹ ਬੰਦੇ ਦੇ ਹੋ ਸਕਦਾ ਉਹਦੇ ਉਹ ਗਲਤ ਹੋਣ, ਫਿਰ ਇਹ 4 ਹੀ ਕਿਉਂ ਦਿੱਤੇ ਗਏ। ਜਿਵੇਂ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਦਾ ਇੱਕ ਸਵਾਲ ਹੈ ਜਿਹਦੇ ਵਿੱਚ ਇਹਨਾਂ ਨੇ ਜਿਹੜੇ ਵਿਕਲਪਾਂ ਨੂੰ ਆਪਸ ਵਿੱਚ ਮਿਲਾਉਣ ਬਾਰੇ ਜਿਹੜਾ ਆਖਿਆ ਗਿਆ ਸੀ, ਸਵਾਲ ਨੰਬਰ 8 ਹੈ ਪੇਪਰ ਦੇ ਵਿੱਚ, ਕਿ ਇੱਕ ਪਾਸੇ ਇਹਨਾਂ ਨੇ ਭਾਰਤੀ ਆਚਾਰੀਆਂ ਦੀ ਲਿਸਟ ਦਿੱਤੀ ਹੈ, ਦੂਸਰੇ ਪਾਸੇ ਉਹਨਾਂ ਦੁਆਰਾ ਲਿਖੇ ਹੋਏ ਗ੍ਰੰਥਾਂ ਦਾ ਜਿਹੜਾ ਹੈ ਨਾਂ ਦਿੱਤਾ ਹੋਇਆ ਹੈ। ਆਪਸ ਦੇ ਵਿੱਚ ਇਹਨਾਂ ਨੂੰ ਸੂਚੀ ਨੂੰ ਮਿਲਾਉਣਾ ਸੀ, ਪਰ ਸੂਚੀ ਵਿੱਚ ਇਹਨਾਂ ਨੇ ਜੈਦੇਵ ਲਿਖ ਦਿੱਤਾ, ਸਹੀ ਨਾਂ ਜੈਦੇਵ ਪਿਊ ਵਰਸ਼ ਹੈ, ਤੇ ਦੂਸਰੇ ਪਾਸੇ ਇਹਨਾਂ ਨੇ ਚੰਦਰਾਲੋਕ ਨੂੰ ਚੰਦਰਲੋਕ ਲਿਖ ਦਿੱਤਾ ਮਿਲਾਨ ਦੇ ਵਿੱਚ। ਹੁਣ ਉਹਦਾ ਜਵਾਬ ਵਜੋਂ ਇਹਨਾਂ ਨੇ ਇਹ ਸਵਾਲ ਜੇ ਬਣਤਰ ਦੇ ਵਿੱਚ ਪੂਰਾ ਨਾਮ ਨਾ ਲਿਖੇ ਹੋਣ ਕਰਕੇ ਇਹਦਾ ਨੰਬਰ ਵੀ ਦੇਣਾ ਬਣਦਾ ਸੀ, ਪਰ ਜੇ ਸਵਾਲਾਂ ਨੂੰ ਠੀਕ ਕਰਨ ਵਾਲੇ ਕਹਿੰਦੇ ਕਿ ਇੰਨੀ ਅੰਡਰਸਟੈਂਡਿੰਗ ਤਾਂ ਬੰਦੇ 'ਚ ਹੈਗੀ ਆ ਨਾ ਕਿ ਜੈਦੇਵ ਦੇ ਅੱਗੇ ਪਿਊ ਵਰਸ਼ ਹੀ ਹੋਊਗਾ, ਫਿਰ ਇਹ ਬੰਦੇ ਇਹ ਕਿਉਂ ਨਹੀਂ ਮੰਨ ਕੇ ਚੱਲਦੇ ਕਿ ਇੰਨੀ ਅੰਡਰਸਟੈਂਡਿੰਗ ਤਾਂ ਬੰਦੇ 'ਚ ਹੈਗੀ ਆ ਕਿ ਡੰਡਾਨ ਦੀ ਥਾਂ 'ਤੇ ਡੰਡਾਸ ਹੋਊਗਾ, ਉੱਥੇ ਫਿਰ ਕਿਉਂ ਨਹੀਂ ਮੰਨਦੇ। ਇਸੇ ਤਰ੍ਹਾਂ ਹੀ ਇਹਨਾਂ ਨੇ ਜਿਹੜਾ ਹੈ ਇੱਕ ਸਵਾਲ ਜਿਹੜਾ ਹੈ ਮੈਂ ਤੁਹਾਨੂੰ ਹੋਰ ਇਹਦੇ ਵਿੱਚ ਦੱਸਦਾ ਹਾਂ ਕਿ ਕਿੱਸਾ ਕਵੀਆਂ ਵਾਲਾ ਜਿਹੜਾ ਜੁੱਟ ਹੈ ਉਹਦੇ ਵਿੱਚ ਇਹਨਾਂ ਨੇ ਜਦੋਂ ਉਹ ਵੀ ਮਿਲਾਉਣ ਬਾਰੇ ਕਿਹਾ, ਇੱਕ ਪਾਸੇ ਕਿੱਸਾ ਕਵੀ ਰੱਖੇ ਹੋਏ ਨੇ ਤੇ ਦੂਸਰੇ ਪਾਸੇ ਉਹਨਾਂ ਦੁਆਰਾ ਲਿਖੇ ਹੋਏ ਕਿੱਸੇ ਜਿਹੜੇ ਆ ਰੱਖੇ ਹੋਏ ਨੇ, ਉਹ ਵੀ ਆਪਸ ਦੇ ਵਿੱਚ ਮਿਲਾਨ ਕਰਨਾ ਸੀ। ਉਹਦੇ 'ਚ ਕੀ ਆ, ਇੱਕ ਆਪਸ਼ਨ ਅਜਿਹੀ ਹੈ ਕਿ ਜਿਹਦੇ ਵਿੱਚ ਕਿੱਸਾ ਕਵੀਆਂ ਦੇ ਨਾਂ ਤਾਂ ਰੱਖ ਦਿੱਤੇ ਗਏ, ਸਾਹਮਣੇ ਜਿਹੜੇ ਅੰਸਰ 'ਚ ਕਿੱਸੇ ਰੱਖਣੇ ਸੀ, ਜਿਹੜਾ ਲਾਸਟ 'ਤੇ ਕਿੱਸਾ ਦਮੋਦਰ ਦਾ ਹੀਰ ਲਿਖਣਾ ਸੀ, ਉਹ ਹੀਰ ਦੀ ਥਾਂ 'ਤੇ ਉਹਦੇ ਕਿੱਸੇ ਦਾ ਨਾਂ ਦਮੋਦਰ ਲਿਖਤਾ ਸਾਹਮਣੇ। ਹੁਣ ਉਹ ਬੰਦੇ ਨੇ ਆਪਦੇ ਅੰਦਾਜ਼ੇ ਦੇ ਨਾਲ ਸਵਾਲ ਨੂੰ ਠੀਕ ਕਰ ਦਿੱਤਾ। ਮਤਲਬ ਇੱਕ ਪਾਸੇ ਮੈਂ ਤੁਹਾਨੂੰ ਸਵਾਲ ਪੜ੍ਹ ਕੇ ਸੁਣਾਉਣਾ ਕਿ ਉਹ ਸਵਾਲ ਦੀ ਇਹਨਾਂ ਨੇ ਬਣਤਰ ਕੀ ਬਣਾਈ, ਕਿ ਉਹਦਾ ਨੰਬਰ ਫਿਰ ਕਿਉਂ ਨਹੀਂ ਦਿੱਤਾ ਗਿਆ। ਜੇ ਇਹ ਮੰਨਦੇ ਆ ਕਿ ਮੰਨ ਲਓ ਇਹਨਾਂ ਨੇ ਇੱਕ ਪਾਸੇ ਲਿਖ ਦਿੱਤਾ ਦਮੋਦਰ, ਪੀਲੂ, ਹਾਫਿਜ਼ ਵਰਖੁਰਦਾ ਤੇ ਹਾਸ਼ਮ, 4 ਕਿੱਸਾ ਕਵੀ ਲਿਖ ਦਿੱਤੇ, ਸਾਹਮਣੇ ਕਿੱਸਿਆਂ ਦੇ ਨਾਂ ਲਿਖ ਦਿੱਤੇ ਸੱਸੀ, ਯੂਸਫ ਜੁਲੈਖਾਂ, ਮਿਰਜ਼ਾ ਸਾਹਿਬਾਂ, ਦਮੋਦਰ। ਹੁਣ ਅੰਦਾਜ਼ਾ ਲਾ ਲਿਆ ਬੰਦੇ ਨੇ ਕਿ ਪੀਲੂ ਦਾ ਮਿਰਜ਼ਾ ਸਾਹਿਬਾ ਹੈ, ਉਹਦੇ ਨਾਲ ਮਿਲਾਨ ਕਰ ਦਿੱਤਾ ਜਾਵੇ। ਹਾਫਿਜ਼ ਬਰਖੁਰਦਾਰ ਹੁਰਾਂ ਦਾ ਯੂਸਫ ਜੁਲੈਖਾਂ ਪ੍ਰਸਿੱਧ ਹੈ, ਉਹਦੇ ਨਾਲ ਮਿਲਾਨ ਕਰ ਦਿੱਤਾ ਜਾਵੇ। ਹਾਸ਼ਮ ਦਾ ਸੱਸੀ ਕਿੱਸਾ ਜਿਹੜਾ ਪ੍ਰਸਿੱਧ ਹੈ ਉਹਦੇ ਨਾਲ ਮਿਲਾਨ ਕਰ ਦਿੱਤਾ ਜਾਵੇ, ਪਰ ਦਮੋਦਰ ਦੀ ਹੀਰ ਪ੍ਰਸਿੱਧ ਹੈ, ਇੱਥੇ ਤਾਂ ਦਮੋਦਰ ਦੇ ਸਾਹਮਣੇ ਦਮੋਦਰ ਲਿਖਿਆ ਹੋਇਆ ਹੈ, ਹੁਣ ਕੀ ਬੰਦਾ ਕਰੇ। ਅਗਲਾ ਸੋਚਦਾ ਚਲੋ ਜੇ ਦੂਜੇ ਤਿੰਨਾਂ ਦਾ ਮਿਲਾਇਆ ਅਸੀਂ ਦਮੋਦਰ ਦਾ ਕਿੱਸਾ ਹੀ ਦਮੋਦਰ ਬਣਾ ਦਿੰਦੇ, ਇਹਨੂੰ ਠੀਕ ਕਰ ਦਿੰਦੇ ਹਾਂ। ਇਹ ਵੀ ਅੰਦਾਜ਼ੇ ਨਾਲ ਹੀ ਸਵਾਲ ਦਾ ਜਵਾਬ ਦਿੱਤਾ ਨਾ ਸੰਮਤ ਸਾਹਿਬ, ਉਸ ਤਰ੍ਹਾਂ ਦਿੱਤਾ ਨਾ। ਫਿਰ ਤੁਸੀਂ ਇਸ ਸਵਾਲ ਨੂੰ ਕਿਉਂ ਨੀ ਸਾਰਿਆਂ ਨੂੰ ਨੰਬਰ ਦਿੱਤਾ ਵੀ ਦਮੋਦਰ ਦਾ ਦਮੋਦਰ ਲਿਖ ਕੇ ਦਿੱਤਾ ਸੀ? ਤੁਸੀਂ ਉੱਥੇ ਤਾਂ ਮੰਨ ਲਿਆ ਕਿ ਇਹ ਭਾਈ ਵਿਦਿਆਰਥੀ ਨੂੰ ਸਵਾਲ ਸਮਝ ਨਹੀਂ ਆਇਆ। ਹੁਣ ਇੱਥੇ ਵੀ ਬੰਦੇ ਨੇ ਅੰਦਾਜ਼ੇ ਨਾਲ ਹੀ ਉੱਤਰ ਲਾਇਆ, ਉੱਥੇ ਵੀ ਅੰਦਾਜ਼ੇ ਨਾਲ ਹੀ ਉੱਤਰ ਲਾਇਆ ਵੀ ਡੰਡਾਨ ਦੀ ਥਾਂ ਤੇ ਡੰਡਾਸ ਲਿਖਿਆ ਗਿਆ, ਉੱਥੇ ਵੀ ਬੰਦੇ ਨੇ ਅੰਦਾਜ਼ੇ ਨਾਲ ਹੀ ਉੱਤਰ ਦਿੱਤਾ ਹੋਊਗਾ ਨਾ ਕਿ ਸੰਘੋਸ਼ ਦੀ ਥਾਂ ਤੇ ਸ਼ੋਕਤਾ ਲਿਖਿਆ ਗਿਆ ਉਹ ਗਲਤੀ ਨਾਲ, ਫਿਰ ਬੰਦੇ ਦਾ ਇਹ ਸਵਾਲ ਕਿਉਂ ਗਲਤ ਕੀਤਾ? ਇੱਦਾਂ ਹੀ ਜਿਵੇਂ ਹੁਣ ਮੰਨ ਲਓ
ਸਦੀਕ ਨੂੰ ਸਦੀਨ ਲਿਖ ਦੇਣਾ। ਹੁਣ ਬੰਦੇ ਨੇ ਆਪਣੇ ਆਪ ਜਿਹੜਾ ਵਿਦਿਆਰਥੀ ਉਹਨੇ ਅੰਦਾਜ਼ਾ ਲਾ ਲਿਆ ਕਿ ਸਦੀਕ ਲਾਲੀ ਹੈ, ਇਹ ਯੂਸਫ ਜੁਲੈਖਾਂ ਲਿਖਣ ਵਾਲਾ ਜਿਹੜਾ ਕਿੱਸਾ ਕਵੀ ਸਦੀਕ ਲਾਲੀ ਆ, ਸਦੀਨ ਲਾਲੀ ਨਹੀਂ ਹੈ, ਇਹ ਕਾਕੜੇ ਕੀ ਵਾਰ ਨਹੀਂ ਹੈ, ਇਹ ਕਾਨੜੇ ਦੀ ਜਿਹੜੀ ਵਾਰ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਵੀ, ਇਹ ਹਰਿੰਦਰ ਸਿੰਘ ਨੂਰ ਨਹੀਂ ਹੈ, ਇਹ ਹਰਿੰਦਰ ਸਿੰਘ ਰੂਪ ਨੇ ਪੰਜਾਬੀ ਦੇ ਪ੍ਰਸਿੱਧ ਕਵੀ। ਤੋ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਆ ਜਿਨ੍ਹਾਂ ਦੇ ਵਿਦਿਆਰਥੀ ਨੇ ਅੰਦਾਜ਼ੇ ਲਾ ਲਾ ਕੇ ਉੱਤਰ ਦਿੱਤੇ, ਅੰਦਾਜ਼ਿਆਂ ਦੇ ਹਿਸਾਬ ਨਾਲ ਉੱਤਰ ਦਿੱਤੇ, ਪਰ ਉਹਨਾਂ ਵਿੱਚੋਂ ਚਾਰ ਸਵਾਲ ਜਿਹੜੇ ਅੰਦਾਜ਼ੇ ਲਾ ਕੇ ਉੱਤਰ ਦਿੱਤੇ ਸੀ ਉਹਨਾਂ ਦੀ ਜਦੋਂ ਰਿਵਾਈਜ਼ ਆਂਸਰ ਕੀ ਆਈ, ਉਹਨਾਂ ਦੇ ਆਂਸਰਾਂ ਨੂੰ ਕਿਉਂ ਜਿਹੜਾ ਸਾਰਿਆਂ ਨੂੰ ਨੰਬਰ ਦਿੱਤੇ ਗਏ, ਉਹਨਾਂ ਨੂੰ ਕਿਉਂ ਵਿਚਾਰਿਆ ਗਿਆ। ਹਾਲਾਂਕਿ ਮੈਂ ਬਾਕੀ ਸਾਰੇ ਸਵਾਲਾਂ ਦੇ ਉੱਤੇ ਓਬਜੈਕਸ਼ਨ ਲਾਈ ਸੀ ਆਪਣੀ ਓਬਜੈਕਸ਼ਨ ਦੇ ਵਿੱਚ ਕਿ ਭਾਈ ਤੁਸੀਂ ਇਹ ਸਵਾਲਾਂ ਦੀ ਬਣਤਰ ਗਲਤ ਹੈ, ਜੇ ਤੁਸੀਂ ਦੇਣੇ ਆ ਤਾਂ ਫਿਰ ਤੁਸੀਂ ਇਹ ਸਾਰੇ 20 ਸਵਾਲਾਂ ਦੇ ਸਭ ਨੂੰ ਨੰਬਰ ਦਿਓ ਜਾਂ ਤੁਸੀਂ ਕਿਸੇ ਇੱਕ ਦਾ ਨਾ ਦਿਓ। ਹੁਣ ਜਿਹੜੇ ਬੰਦੇ ਦੇ ਚਾਰ ਮਿਲ ਗਏ ਉਹ ਮੈਰਿਟ 'ਚ ਆ ਗਿਆ। ਹੁਣ ਮੈਂ ਬਹੁਤ ਸਾਰੇ ਐਸੇ ਵਿਦਿਆਰਥੀਆਂ ਨੂੰ ਜਾਣਦਾ ਹਾਂ ਜਿਨ੍ਹਾਂ ਦੇ 64 ਨੰਬਰ ਸੀ, ਉਹ 64-68 ਲੈ ਕੇ ਅੰਦਰ ਐਂਟਰ ਕਰ ਗਏ, ਪਰ ਬਹੁਤ ਸਾਰੇ ਬੰਦੇ ਐਸਿਆਂ ਨੂੰ ਵੀ ਜਾਣਦਾ ਹਾਂ ਜਿਹੜੇ 64 ਸੀ, ਉਹਨਾਂ ਦੇ ਉਹ 4 ਹੀ ਸਹੀ ਸੀ, ਉਹ 4 ਉੱਥੇ ਹੀ ਖੜੇ ਰਹਿ ਗਏ। ਹੁਣ ਜਿਨ੍ਹਾਂ ਦਾ ਨੁਕਸਾਨ, ਇਹ ਸਾਰੀ ਮੈਰਿਟ ਚੇਂਜ ਹੁੰਦੀ ਹੈ ਸੰਮਨ ਸਾਹਿਬ ਇਸ ਤਰ੍ਹਾਂ ਪੇਪਰ ਦੇ ਨਾਲ। ਮੈਂ ਤੁਹਾਨੂੰ ਇੱਕ ਹੋਰ ਥੋੜ੍ਹਾ ਜਿਹਾ ਪੇਪਰ ਦੇ ਵਿੱਚ ਜਦੋਂ ਅਸੀਂ ਜਾਂਦੇ ਤਾਂ ਇਹਨਾਂ ਨੇ ਨਾ ਕੁਝ ਸਵਾਲ ਐਸੇ ਬਣਾਏ ਗਏ ਨੇ ਜਿਨ੍ਹਾਂ ਵਿੱਚ ਜਿਹੜਾ ਕਥਨ ਤੇ ਕਾਰਨ ਵਾਲੇ ਜਿਹੜੇ ਸਵਾਲ ਨੇ ਉਹ ਸਵਾਲਾਂ ਦੀ ਜਿਹੜੀ ਬਣਤਰ ਬਣਾਈ ਗਈ ਉਹ ਪੇਪਰ ਬਣਾਉਣ ਵਾਲਾ ਖੁਦ ਉਲਝ ਜਾਂਦਾ ਕਿ ਮੈਂ ਸਵਾਲ ਪੁੱਛਣਾ ਕੀ ਚਾਹ ਰਿਹਾ ਹਾਂ ਤੇ ਜਵਾਬ ਇਹਦਾ ਵਿਦਿਆਰਥੀ ਕੀ ਦੇਊਗਾ। ਮੈਂ ਤੁਹਾਨੂੰ ਇੱਕ ਸਵਾਲ ਬਾਰੇ ਦੱਸਦਾ, ਇਹਨਾਂ ਨੇ ਇੱਕ ਕਥਨ ਤੇ ਕਾਰਨ ਵਾਲਾ ਜਿਹੜਾ ਸਵਾਲ ਬਣਾਇਆ ਹੋਇਆ ਹੈ ਜਿਹਦੇ ਵਿੱਚ ਸਾਡੇ ਕੋਲ ਕਿਸੇ ਕਵੀ ਬਾਰੇ ਤੇ ਕਵੀ ਦੀ ਜਿਹੜੀ ਰਚਨਾ, ਕਵਿਤਾ ਲਿਖਣ ਬਾਰੇ ਜਾਂ ਕਾਵਿ ਭਾਸ਼ਾ ਬਾਰੇ ਜਿਹੜੀ ਹੈ ਗੱਲਬਾਤ ਕੀਤੀ ਗਈ ਹੈ। ਉਹ ਹੁਣ 43 ਨੰਬਰ ਸਵਾਲ ਹੈ ਜਿਹਦੇ 'ਚ ਕਾਵਿ ਭਾਸ਼ਾ ਤਕਨੀਕੀ ਜੋੜ ਮੇਲ ਦੀ ਉਪਜ ਹੈ, ਵਿਸ਼ੇਸ਼ ਪ੍ਰਕਾਰ ਦੀ ਸੰਵੇਦਨਾ ਦੀ ਨਹੀਂ। ਭਾਸ਼ਾ ਵਿੱਚ ਤਾਤਵਿਕ ਅੰਤਰ ਨਵੀਨ ਸੰਵੇਦਨਾ ਨਾਲ ਹੀ ਸੰਭਵ ਹੈ, ਇਸ ਲਈ ਜੇ ਇੱਕੋ ਸੰਵੇਦਨਾ ਨੇ ਆਪਣੇ ਆਪ ਨੂੰ ਵੰਨ ਸਵੰਨੀਆਂ ਉਕਤੀਆਂ ਵਿੱਚ ਪ੍ਰਗਟ ਕਰਨਾ ਹੈ ਤਾਂ ਇੱਕ ਤਰ੍ਹਾਂ ਦੀ ਵਾਰਤਕ ਹਰ ਉਕਤੀ ਹੇਠ ਲੁਕੀ ਰਹਿ ਜਾਏਗੀ, ਸਿਰਜਣਾ ਕੁਝ ਵੀ ਨਹੀਂ ਹੋਏਗੀ। ਇਹ ਇਹਦਾ ਕਥਨ ਸੀ, ਕਾਰਨ ਸੀ ਬਿਨਾਂ ਸੰਵੇਦਨਾ ਤੋਂ ਕੁਝ ਕੁ ਤਕਨੀਕੀ ਜੁਗਤਾਂ ਦੀ ਘਾਟ ਨਾਲ ਕਾਵਿ ਭਾਸ਼ਾ ਜਿਹੜੀ ਕਵਿਤਾ ਪੈਦਾ ਹੋਵੇਗੀ, ਕਾਵਿ ਭਾਸ਼ਾ ਰਾਹੀਂ ਜਿਹੜੀ ਕਵਿਤਾ ਪੈਦਾ ਹੋਵੇਗੀ ਉਹ ਸਿਰਜਣਾ ਨਹੀਂ ਘਾਟ ਹੀ ਸਾਬਤ ਹੋਵੇਗੀ। ਹੁਣ ਇਹ ਸਵਾਲ ਬਣਾਇਆ ਸੀ, ਇਹ ਨਾ ਡਾਕਟਰ ਹਰਭਜਨ ਸਿੰਘ ਹੋਰਾਂ ਦੀਆਂ ਇਹ ਲਾਈਨਾਂ ਨੇ, ਉਹਨਾਂ ਦੇ ਕਥਨ ਆ ਇਹ, ਤੇ ਇਹ ਕਥਨ ਉਹਨਾਂ ਦੇ ਕਵਿਤਾ ਬਾਰੇ ਦਿੱਤੇ ਹੋਏ ਪੂਰੇ ਲੇਖ ਦੇ ਪ੍ਰਸੰਗ ਵਿੱਚ ਹੈ। ਜੇ ਤਾਂ ਅਸੀਂ ਇਸ ਪੂਰੇ ਲੇਖ ਨੂੰ ਪੜ੍ਹੀਏ ਤਾਂ ਇਹ ਦੋਨੇ ਕਥਨ ਜਿਹੜੇ ਆ ਉਹ ਸਹੀ ਬਣਦੇ ਨੇ ਪੂਰੇ ਲੇਖ ਦੇ ਵੱਲ। ਜੇ ਵਿੱਚੋਂ ਕੁਛ ਲੈਣਾ ਚੁੱਕ ਕੇ ਕਿਸੇ ਬੰਦੇ ਨੇ, ਪ੍ਰੋਫੈਸਰ ਨੇ ਪੇਪਰ ਬਣਾਇਆ, ਉਹਨੇ ਕਿਤਾਬ ਖੋਲ੍ਹੀ, ਉਹਨੇ ਸੋਚਿਆ ਵੀ ਆਹ ਚਾਰ ਲੈਣਾ, ਅੱਧੀਆਂ ਤਾਂ ਪਾ ਦੇਣਾ ਕਥਨ 'ਚ, ਥੱਲੀਆਂ ਵਾਲੇ ਕਾਰਨ ਦੇ ਵਿੱਚ ਪਾ ਦੇਣਾ ਆਪਦੀ ਸੌਖ ਦੇ ਲਈ। ਹੁਣ ਪਤਾ ਤੇ ਦੋਵੇਂ ਆਂਸਰ ਲਿਖਤੇ ਕੀ ਹਰਭਜਨ ਸਿੰਘ ਨੇ ਲਿਖੀਆਂ ਠੀਕ ਨੇ, ਠੀਕ ਨੇ। ਜੇ ਤਾਂ ਉਹ ਪੂਰੇ ਲੇਖ ਦੇ ਪ੍ਰਸੰਗ 'ਚ ਅਸੀਂ ਪੜ੍ਹਦੇ ਤਾਂ ਠੀਕ ਨੇ, ਅਦਰਵਾਈਜ਼ ਜੇ ਵਿੱਚੋਂ ਚੁੱਕੀਆਂ ਹੋਈਆਂ ਇਸ ਤਰ੍ਹਾਂ ਲੈਣਾ ਪੜ੍ਹਦੇ ਹਾਂ ਤਾਂ ਉਹਨੂੰ ਇਹਦਾ ਇਹ ਜਿਹੜਾ ਕਥਨ ਹੈ ਉਹ ਅੰਸ਼ਿਕ ਸਹੀ ਬਣਾਉਣਾ ਚਾਹੀਦਾ ਸੀਗਾ। ਉਹ ਇਹਨਾਂ ਨੇ ਅੰਸ਼ਿਕ ਸਹੀ ਵਾਲਿਆ ਇਹਦੇ 'ਚ ਬਣਾਇਆ ਹੀ ਨਹੀਂ ਆ, ਕਿਉਂਕਿ ਬਹੁਤ ਬੰਦੇ ਤਾਂ ਇੰਨਾ ਪੜ੍ਹ ਕੇ ਸਵਾਲ ਦਾ ਜਵਾਬ ਗਲਤ ਲਾ ਦਿੰਦੇ ਆ ਕਿ ਕਾਵਿ ਭਾਸ਼ਾ ਤਕਨੀਕੀ ਜੋੜ ਮੇਲ ਦੀ ਉਪਜ ਨਹੀਂ ਹੁੰਦੀ, ਸੈਂਸੇਸ਼ਨ ਤੋਂ ਬਿਨਾਂ, ਸੰਵੇਦਨਾ ਤੋਂ ਬਿਨਾਂ ਕਾਵਿ ਭਾਸ਼ਾ ਉਹ ਕਵਿਤਾ ਹੋ ਹੀ ਨਹੀਂ ਸਕਦੀ ਗੀ, ਤੇ ਇਹ ਵਿਸ਼ੇਸ਼ ਪ੍ਰਕਾਰ ਦੀ ਸੰਵੇਦਨਾ ਵੀ ਇਹਦੇ ਵਿੱਚ ਮੌਜੂਦ ਰਹਿੰਦੀ ਤੇ ਅੰਸ਼ਿਕ ਸਹੀ ਬਣਨਾ ਸੀ। ਇਹਨਾਂ ਨੇ ਆਪਸ਼ਨ 'ਚ ਕਿਤੇ ਅੰਸ਼ਿਕ ਸਹੀ ਪਾਇਆ ਹੀ ਨਹੀਂ, ਆਪਦੀ ਮਰਜ਼ੀ ਨਾਲ ਜਿਹੜਾ ਉੱਤਰ ਠੀਕ ਲੱਗਾ ਪੂਰੇ ਲੇਖ ਦੇ ਬਾਰੇ ਨਾਲ ਉੱਤਰ ਦੇ ਤਾ, ਵਿੱਚੋਂ ਜਿਹੜਾ ਚੁੱਕ ਕੇ ਲਾਈਨਾਂ ਪਾਈਆਂ ਹੋਈਆਂ ਨੇ ਹਰਭਜਨ ਸਿੰਘ ਹੋਰਾਂ ਦੀਆਂ ਉਹ ਇਹਨਾਂ ਨੇ ਸਾਡੇ ਸਾਹਮਣੇ ਜਿਹੜੀਆਂ ਰੱਖ ਦਿੱਤੀਆਂ। ਇਸੇ ਤਰ੍ਹਾਂ ਦੇ ਹੋਰ ਸਵਾਲ ਬਣਾਉਣੇ ਕਿ ਜਿੱਦਾਂ ਮੰਨ ਲਓ ਕਿਸੇ ਕਿਤਾਬ ਵਿੱਚੋਂ ਕਿਸੇ ਆਲੋਚਕ ਦੀਆਂ ਲਾਈਨਾਂ ਪਾ ਦੇਣੀਆਂ। ਮੈਂ ਤੁਹਾਨੂੰ ਇੱਕ ਥੋੜ੍ਹੀ ਜਿਹੀ ਹੋਰ ਚਲਾਕੀ ਦੱਸਦਾ ਹਾਂ ਕਿ ਮੰਨ ਲਓ ਕੋਈ ਬੰਦੇ ਨਾ ਕਹਾਣੀ ਦੇ ਉੱਪਰ ਕੁਛ ਵਿਦਵਾਨਾਂ ਦਾ ਜਿਹੜਾ ਕੰਮ ਹੈ ਤਾਂ ਉਹਦੇ 'ਚ ਇਹਨਾਂ ਨੇ ਜਾਣ ਬੁੱਝ ਕੇ ਕੁਛ ਕਿਸੇ ਚਿੰਤਕ ਦੀਆਂ ਲਾਈਨਾਂ ਪਾ ਦਿੱਤੀਆਂ, ਡਾਕਟਰ ਅਤਰ ਸਿੰਘ ਹੋਰਾਂ ਦੀਆਂ, ਤੇ ਥੱਲੇ ਜਾਣ ਬੁੱਝ ਕੇ ਤਿੰਨ ਐਸੇ ਕਹਾਣੀ ਆਲੋਚਕ ਪਾ ਦਿੱਤੇ ਕਿ ਜਿਹੜਾ ਪੇਪਰ ਬੰਦਾ ਦੇ ਰਿਹਾ ਹੈ ਉਹ ਅੰਦਾਜ਼ੇ ਨਾਲ ਸੋਚੇ ਕਿ ਅਤਰ ਸਿੰਘ ਹੋਰੀ ਤਾਂ ਨਹੀਂ ਹੋ ਸਕਦੇ ਗੇ। ਇਹਨਾਂ ਵਿੱਚੋਂ ਡਾਕਟਰ ਧਨਵੰਤ ਕੌਰ ਹੋਰਾਂ ਦਾ ਕਹਾਣੀ ਸ਼ਾਸਤਰ ਤੇ ਕੰਮ ਹੈ ਕਹਾਣੀ ਤੇ, ਬਲਦੇਵ ਸਿੰਘ ਧਾਲੀਵਾਲ ਹੋਰਾਂ ਦਾ ਕਹਾਣੀ ਦੇ ਉੱਪਰ ਵੱਡਾ ਕੰਮ ਹੈ ਉਹਨਾਂ ਨੂੰ, ਨਾਲ ਸਵਿੰਦਰ ਸਿੰਘ ਉੱਪਲ ਹੋਰਾਂ ਦਾ ਕਹਾਣੀ, ਉਹਨਾਂ ਦੇ ਵਿੱਚ ਉੱਤਰ ਲਾ ਰਵੇ। ਅਤਰ ਸਿੰਘ ਵਰਤ ਬੰਦਾ ਸੋਚੇ ਵੀ ਨਾ ਵੀ ਉਹ ਲਾਈਨਾਂ ਪਾ ਦੇਣੀਆਂ, ਕਿਸੇ ਦੇ ਕਥਨ ਪਾ ਦੇਣੇ ਪੇਪਰ ਵਿੱਚ, ਇਹ ਕਿਸੇ ਬੰਦੇ ਲਈ ਔਖੇ ਹੁੰਦੇ ਆ। ਜਿਸ ਬੰਦੇ ਨੇ ਪੇਪਰ ਬਣਾਇਆ ਨਾ, ਜੇ ਆਪਾਂ ਉਹਨੂੰ ਵੀ ਇਹ ਗੱਲ ਪੁੱਛੀਏ, ਮੈਂ ਇਹ ਦੋ ਲਾਈਨਾਂ ਉਹਨੂੰ ਬੋਲ ਦਿੰਦਾ ਕਿ ਉਹਨੂੰ ਮੈਂ ਪੁੱਛੂ ਕਿ ਇਹ ਲਾਈਨਾਂ ਜਿਹੜੀਆਂ ਨੇ, ਇਹ ਕਥਨ ਜਿਹੜੇ ਨੇ, ਇਹ ਕਿਸ ਆਲੋਚਕ ਦੇ ਨੇ, ਤਾਂ ਉਹ ਨਹੀਂ ਦੱਸ ਪਾਏਗਾ, ਕਦੇ ਵੀ ਨਹੀਂ ਦੱਸ ਪਾਏਗਾ।
ਹੁਣ ਇਸ ਤਰ੍ਹਾਂ ਦਾ ਪਹਿਲੀ ਗੱਲ ਸਵਾਲ ਬਣਾਉਣਾ ਹੀ ਇੱਕ ਪ੍ਰਸ਼ਨ ਖੜਾ ਕਰਦਾ ਜੇ ਸਵਾਲ ਬਣਾਉਣਾ ਇਹ ਸਵਾਲ ਬਣਾਇਆ ਕਾਹਦੇ ਵਾਸਤੇ ਗਿਆ ਕਿਉਂਕਿ ਸਾਰੀ ਦੁਨੀਆਂ ਕੋਈ ਤਾਂ ਡਾਕਟਰ ਧਨਵੰਤ ਕੌਰ ਲਾ ਦੇਵੇਗਾ ਕੋਈ ਬਲਦੇਵ ਸਿੰਘ ਧਾਲੀਵਾਲ ਦਾ ਅਨਸਰ ਲਾ ਆਇਆ ਹੋਵੇਗਾ ਕੋਈ ਸੁਰਿੰਦਰ ਸਿੰਘ ਉੱਪਲ ਦਾ ਲਾਇਆ ਹੋਇਆ ਹੋਵੇਗਾ ਅਤਰ ਸਿੰਘ ਹੋਰਾਂ ਵਾਲਾ ਅਗਲੇ ਦੇ ਦਿਮਾਗ ਵਿੱਚ ਹੀ ਨਹੀਂ ਆਇਆ ਹੋਵੇਗਾ ਉਹ ਅਤਰ ਸਿੰਘ ਕਿੰਨਾ ਬੰਦੇ ਦਾ ਠੀਕ ਹੋਇਆ ਹੋਵੇਗਾ ਅਸੀਂ ਮੈਂ ਪਹਿਲਾਂ ਵੀ ਓਬਜੈਕਸ਼ਨ ਲਾਈ ਸੀ ਕਿ ਜਿਹੜੇ ਕੁਛ ਜਿਹੜੇ ਕਹਿ ਰਹੇ ਕਿ ਅਧਿਆਪਕਾਂ ਨੇ ਪੇਪਰ ਬਣਾਇਆ ਹੈ ਉਹਨਾਂ ਦੇ ਬਣਾਏ ਹੋਏ ਸਵਾਲ ਚੱਕ ਲਓ ਅਸੀਂ ਕਹਿੰਦੇ ਕਿ 9 ਬੰਦਿਆਂ ਨੇ 10 ਬੰਦਿਆਂ ਨੇ ਪੇਪਰ ਬਣਾਇਆ ਅੰਦਾਜ਼ਨ ਇੱਕ ਅਧਿਆਪਕ ਦੇ 10 ਸਵਾਲ ਤਾਂ ਪੇਪਰ ਦੇ ਵਿੱਚ ਆਏ ਹੀ ਹਨ ਜੇ ਉਹਦੀ ਉਹ ਵਿੱਚੋਂ ਅਸੀਂ ਕਹਿ ਲਈਏ ਕਿ ਵੈਸੇ ਇਹਨਾਂ ਨੇ ਚੁੱਕ ਲਏ ਨੇ ਕੰਪਿਊਟਰਾਈਜ਼ਡ ਉਹਨਾਂ ਚੋਂ ਸਵਾਲ ਲੈ ਲਏ ਨੇ ਹੁਣ ਜਿਹੜੇ ਉਹ ਮੰਨ ਲਓ 2 ਅਧਿਆਪਕ ਆ ਜਾਂ 1 ਅਧਿਆਪਕ ਦੇ ਆਪਦੇ ਹੀ 9 ਜਾਂ 10 ਸਵਾਲ ਜਿਹੜੇ ਪੇਪਰ 'ਚ ਆ ਗਏ ਜੇ ਉਹ ਆਪਣੇ ਪਹਿਲਾਂ ਵਿਦਿਆਰਥੀ ਨੂੰ ਉਹਨੇ ਦੱਸੇ ਹੋਏ ਨੇ ਤਾਂ ਉਹ 10 ਲੈ ਕੇ ਮੈਰਿਟ 'ਚ ਕਿੱਥੇ ਜਾ ਕੇ ਖੜਦਾ ਹੈ ਹਾਲਾਂਕਿ ਜਿੰਨੇ ਵੀ ਬੰਦੇ ਜਦੋਂ ਪੇਪਰ ਦੇ ਕੇ ਆਏ ਸੀ ਤਾਂ ਸਾਰਿਆਂ ਦਾ ਇਹ ਕਿਆਸ ਸੀ ਕਿ ਪੇਪਰ ਦੀ ਮੈਰਿਟ 65 ਤੋਂ ਉੱਪਰ ਨਹੀਂ ਜਾਂਦੀ ਪਰ ਜਦੋਂ ਇਹਦੇ ਨਤੀਜੇ ਆਏ ਤਾਂ ਅਸੀਂ ਹੈਰਾਨ ਰਹਿ ਗਏ 80 ਨੰਬਰ 82 ਨੰਬਰ ਜਿਹੜੇ ਆ ਜਦਕਿ ਪੇਪਰ ਹੀ 80 ਨੰਬਰਾਂ ਦਾ ਬਣਦਾ 20 ਦਾ ਵਿੱਚੋਂ ਸਵਾਲਾਂ ਦੀ ਬਣਤਰ ਹੀ ਗਲਤ ਹੈ 20 ਸਵਾਲ ਹੀ ਐਸੇ ਨੇ ਜਿਹੜੇ ਮਤਲਬ ਸਾਰੇ ਬੰਦੇ ਕਹਿੰਦੇ ਸੀ ਵੀ ਇਹ ਪੇਪਰ 100 ਦਾ ਨਾ ਗਿਣੋ ਇਹਨੂੰ 80 ਦਾ ਹੀ ਗਿਣਿਆ ਜਾਵੇ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਕਾਫੀ ਉਣਤਾਈਆਂ ਨੇ ਬਾਕੀ ਜਿੱਦਾਂ ਤੁਸੀਂ ਸਵਾਲ ਕਰੋਗੇ ਮੈਂ ਉਹਦੇ ਹਿਸਾਬ ਨਾਲ ਤੁਹਾਨੂੰ ਜਵਾਬ ਦਿੱਤੀ ਜਾਵਾਂਗਾ ਸਮਝ ਜੀ ਤੁਸੀਂ ਨਹੀਂ ਡਾਕਟਰ ਸਾਹਿਬ ਤੁਸੀਂ ਇੱਕ ਬੜਾ ਇੰਪੋਰਟੈਂਟ ਵਿਸ਼ਾ ਛੋਇਆ ਹੈ ਗੱਲ ਸਿਰਫ ਪੰਜਾਬੀ ਦੀ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਤੁਸੀਂ ਸਾਰੀਆਂ ਚੀਜ਼ਾਂ ਨੂੰ ਸਿਲਸਿਲੇਵਾਰ ਸਮਝਾਇਆ ਹੈ ਇਹਦੇ ਵਿੱਚ ਸਿਰਫ ਪੰਜਾਬੀ ਨਹੀਂ ਰਹਿ ਗਿਆ ਇਹ ਪੂਰੇ ਦੇ ਪੂਰੇ ਵਿਸ਼ੇ ਆ ਗਏ ਨੇ ਕਿ ਮੈਰਿਟ ਆਖਿਰ ਬਦਲੀ ਕਿਵੇਂ ਗਈ ਇੱਕ ਬੰਦਾ ਤੀਸਰੇ ਨੰਬਰ ਤੇ ਖੜਾ ਉਹ ਇੱਕਦਮ ਆ ਗਿਆ 30ਵੇਂ ਨੰਬਰ ਤੇ ਮਤਲਬ ਦੂਸਰਾ ਬੰਦਾ ਜਿਹੜਾ 15ਵੇਂ ਨੰਬਰ ਤੇ ਖੜਾ ਉਹ ਇੱਕਦਮ ਚਲਿਆ ਗਿਆ 5ਵੇਂ ਨੰਬਰ ਤੇ ਮਤਲਬ ਮੈਰਿਟ ਇਸ ਤਰ੍ਹਾਂ ਸਿਸਟਮੈਟਿਕਲੀ ਨਹੀਂ ਡਰਾਮੈਟਿਕਲੀ ਬਦਲ ਰਹੀ ਹੈਗੀ ਆ ਔਰ ਕੋਰਟ ਦੇ ਅੱਖਾਂ ਵਿੱਚ ਸਰਕਾਰ ਲਗਾਤਾਰ ਧੂੜ ਪਾ ਰਹੀ ਆ ਮੰਨ ਜੋ ਕੋਰਟ ਨੂੰ ਹਾਲਾਂਕਿ ਸਾਰਾ ਕੁਛ ਪਤਾ ਉਹ ਦੇਖ ਰਹੇ ਸਰਕਾਰ ਕਿੱਥੋਂ ਤੱਕ ਨੱਚ ਨੱਚ ਕੇ ਦਿਖਾ ਰਹੀ ਆ ਪਰ ਅੰਤ ਵਿੱਚ ਹੋਣਾ ਉਹੀ ਹਸ਼ਰ ਆ ਕਿ ਮੈਂ ਤੁਹਾਡੇ ਜਿਹੜਾ ਮੁਲਾਕਾਤ ਉਹਨਾਂ ਨਾਲ ਕੀਤੀ ਆ ਉਹਦੇ ਨਾਲ ਮੈਂ ਇਹੀ ਦਿਖਾਉਣਾ ਚਾਹ ਰਿਹਾ ਸੀ ਜਿਹੜੇ ਲੋਕਾਂ ਨੇ ਪੇਪਰ ਕਲੀਅਰ ਕੀਤਾ ਔਰ ਜੋ ਦੁਹਾਈ ਪਾ ਰਹੇ ਨੇ ਕਿ ਅਸੀਂ ਕੀ ਮਾੜਾ ਕੀਤਾ ਅਸੀਂ ਵੀ ਤਾਂ ਬਹੁਤ ਜ਼ੋਰ ਲਾਇਆ ਪੜ੍ਹੇ ਆ ਜ਼ੋਰ ਸਭ ਨੇ ਲਾਇਆ ਨੰਬਰਾਂ ਦਾ 1 ਜਾਂ 2 ਦਾ ਅੰਤਰ ਰਹਿ ਜਾਂਦਾ ਪਰ ਜਿਸ ਤਰ੍ਹਾਂ 20 ਨੰਬਰ 20 ਸਵਾਲ ਦੀ ਪੰਜਾਬੀ ਚ ਗੱਲ ਆ ਇਹ ਕੱਲੀ ਪੰਜਾਬੀ ਚ ਤਾਂ ਨੀ ਅੰਗਰੇਜ਼ੀ ਚ ਵੀ ਹੋਇਆ ਮੈਥ ਵਿੱਚ ਤਾਂ ਬਹੁਤ ਕੁਛ ਹੋਇਆ ਸਾਈਕੋਲੋਜੀ ਵਾਲੇ ਕਹਿ ਰਹੇ ਨੇ ਬਹੁਤ ਕੁਛ ਹੋਇਆ ਫਿਜ਼ਿਕਸ ਵਾਲੇ ਕਹਿ ਰਹੇ ਨੇ ਮਤਲਬ ਮੇਰੇ ਕੋਲ ਤਾਂ ਰੋਜ਼ ਇਹੋ ਜਿਹੇ ਫੋਨ ਆਉਂਦੇ ਨੇ ਪਰ ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਹੋ ਇਸ ਤਰੀਕੇ ਨਾਲ ਕੋਈ ਆਪਣੇ ਵਿਸ਼ੇ ਦੀ ਗੱਲ ਕਰੇ ਤਾਂ ਉਹਨੂੰ ਸਾਹਮਣੇ ਰੱਖਣ ਦਾ ਵੀ ਕੋਈ ਫਾਇਦਾ ਹੁੰਦਾ ਪਰ ਹੁਣ ਇਹਦੇ ਵਿੱਚ ਆ ਜਾਂਦਾ ਕਿ ਇਸ ਤਰੀਕੇ ਨਾਲ ਯੂਨੀਵਰਸਿਟੀ ਨੇ ਕਿਉਂ ਕੀਤਾ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਹਾਲਾਂਕਿ ਡਾਕਟਰ ਅਰਵਿੰਦ ਕਹਿ ਰਹੇ ਨੇ ਵੀ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈਗਾ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਜਿਹੜੇ ਪੇਪਰ ਸੈਟਰ ਨੇ ਉਹ ਕਿਸ ਤਰ੍ਹਾਂ ਦੇ ਲੋਕ ਰਹੇ ਹੋਣਗੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਔਰ ਕਿਹੋ ਜਿਹੇ ਬੱਚੇ ਨੇ ਜਿਹੜੇ ਤੁਸੀਂ ਕਹਿ ਲਓ ਵੀ ਉਤੀਰਨ ਹੋਏ ਨੇ ਤਾਂ ਕਿ ਉਹਨਾਂ ਬੱਚਿਆਂ ਨੂੰ ਵੀ ਪਤਾ ਲੱਗ ਜਾਊ ਵੀ ਉਹਨਾਂ ਦੇ ਟੀਚਰ ਕੌਣ ਰਹੇ ਨੇ ਤੇ ਕੀ ਉਹ ਟੀਚਰ ਪੇਪਰ ਸੈਟਰ ਹੈਗੇ ਨੇ ਤਾਂ ਕਹਾਣੀ ਤਾਂ ਬੜੀ ਛੇਤੀ ਖੁੱਲ ਜਾਊਗੀ ਇਸ ਤਰ੍ਹਾਂ ਇਹਦੇ ਬਾਰੇ ਕੁਛ ਕਹਿਣਾ ਤੁਸੀਂ ਹਾਂਜੀ ਅਸੀਂ ਪੇਪਰ ਤੋਂ ਜਦੋਂ ਇਹ ਰਿਵਾਈਜ਼ਡ ਆਨਸਰ ਕੀ ਪਾਈ ਗਈ ਉਸ ਤੋਂ ਤੁਰੰਤ ਬਾਅਦ ਅਸੀਂ ਕੁਛ ਬੰਦੇ ਮਿਲੇ ਵੀ ਸੀ ਅਸੀਂ ਵਾਈਸ ਚਾਂਸਲਰ ਸਾਹਿਬ ਨੂੰ ਕਿ ਸਰ ਸਾਡੀ ਇਹ ਸਮੱਸਿਆ ਹੈ ਕਿ ਇਹ ਪੇਪਰ ਦੇ ਵਿੱਚ ਜਿਹੜੀ ਆਨਸਰ ਕੀ ਬਣਾਈ ਗਈ ਜਾਂ ਪੇਪਰ ਵਿੱਚ ਜਿਹੜੇ ਬੱਚੇ ਮੈਰਿਟ ਦੇ ਵਿੱਚ ਆ ਰਹੇ ਨੇ ਉਹ ਕੁਛ ਵਿਸ਼ੇਸ਼ ਅਧਿਆਪਕਾਂ ਦੇ ਹੀ ਆ ਰਹੇ ਨੇ ਤੇ ਸਾਨੂੰ ਸਾਡਾ ਇਹ ਖਦਸ਼ਾ ਹੈ ਕਿ ਉਹੀ ਅਧਿਆਪਕ ਤੁਹਾਡੀ ਕਮੇਟੀ ਦੇ ਵਿੱਚ ਸੀ ਤੇ ਸਾਡਾ ਨਾਲ ਇਹ ਵੀ ਖਦਸ਼ਾ ਹੈ ਕਿ ਉਹਨਾਂ ਦੁਆਰਾ ਬਣਾਏ ਹੋਏ ਸਵਾਲ ਜਿਹੜੇ ਨੇ ਉਹ ਉਹਨਾਂ ਬੱਚਿਆਂ ਦੇ ਠੀਕ ਹੋਣਗੇ ਜਿਹੜੇ ਸਾਰੇ ਪੰਜਾਬ ਵਿੱਚ ਕਿਸੇ ਦੇ ਠੀਕ ਨਹੀਂ ਹੋਣਗੇ ਮੰਨ ਲਓ ਤੁਸੀਂ ਕਿਸੇ ਬੰਦੇ ਦੀ ਕਿਸ਼ਨ ਸਿੰਘ ਹੋਰਾਂ ਦੀ ਇੱਕ ਸਟੇਟਮੈਂਟ ਪਾ ਕੇ ਪੁੱਛ ਲਵੋ ਕਿ ਇਹ ਸਟੇਟਮੈਂਟ ਕਿਸ ਦੀ ਹੈ ਤਾਂ ਉਹ ਬੰਦਾ ਹੁਣ ਇੰਨੀਆਂ ਕਿਤਾਬਾਂ ਮੈਨੂੰ 11 ਸਾਲ ਖੁਦ ਨੂੰ ਪੜ੍ਹਾਉਂਦੇ ਨੂੰ ਹੋ ਗਿਆ ਤਾਂ ਉਹ ਕੋਈ ਬੰਦਾ ਵੀ ਨਹੀਂ ਦੱਸ ਸਕਦਾ ਤੁਸੀਂ ਇੱਕ ਮੰਨ ਲਓ ਕਰਤਾਰ ਸਿੰਘ ਦੁੱਗਲ ਹੋਰਾਂ ਦੀਆਂ ਕਹਾਣੀਆਂ ਕਿੰਨੇ ਕਹਾਣੀ ਸੰਗ੍ਰਹਿ ਨੇ 35-30 ਤੋਂ ਬਾਅਦ ਉਹਨਾਂ ਵਿੱਚੋਂ ਤੁਸੀਂ ਚੁੱਕ ਕੇ ਕਹਿ ਦਿਓ ਕਿ ਇਹਨਾਂ ਨੂੰ ਸੀਕੁਐਂਸ ਦੇ ਵਿੱਚ ਰੱਖ ਦੇਵੋ ਡੇਟ ਵਾਈਜ਼ ਰੱਖ ਦੇਵੋ ਕਿ ਇਹਨਾਂ ਦੇ ਵਿੱਚੋਂ ਕਿਹੜਾ ਸਹੀ ਪਹਿਲਾਂ ਆਇਆ ਫਿਰ ਕਿਹੜਾ ਆਇਆ ਤੇ ਮੇਰੇ ਖਿਆਲ ਦੇ ਵਿੱਚ ਕੋਈ 100 ਵਿੱਚੋਂ ਮੈਂ ਕਹਿਣਾ ਕਿ 2% ਬੰਦੇ ਉਹਨੂੰ ਤਰਤੀਬ ਵਿੱਚ ਰੱਖ ਪਾਉਣਗੇ ਜਾਂ ਜਿੰਨਾ ਪੇਪਰ ਬਣਾਇਆ ਮੈਂ ਉਹਨਾਂ ਨੂੰ ਇਸ ਤਰ੍ਹਾਂ ਦੇ ਤਰਤੀਬ ਵਾਲੇ ਇਸ ਤਰ੍ਹਾਂ ਦੇ ਡੇਟ ਵਾਲੇ ਸਵਾਲ ਬਣਾ ਦੇਣਾ ਤੇ ਉਹ ਦੁੱਗਲ ਸਾਹਿਬ ਸਿਰਮੌਰ ਨੇ ਔਰ ਦੁੱਗਲ ਸਾਹਿਬ ਮਤਲਬ ਵਨ ਆਫ ਦਾ ਟਾਪ ਮੋਸਟ ਨੇ ਉਹਨਾਂ ਦਾ ਵੀ ਰੱਖ ਕੇ ਅਸੀਂ ਨਹੀਂ ਲੱਭ ਸਕਦੇ ਨਹੀਂ ਲੱਭ ਸਕਦੇ ਜੀ ਕਿਉਂਕਿ ਕਹਾਣੀ ਸੰਗ੍ਰਹਿ ਉਹਨਾਂ ਦੇ ਇੰਨੇ ਜ਼ਿਆਦਾ ਆਏ ਨੇ ਸਭ ਤੋਂ ਜ਼ਿਆਦਾ ਉਹਨਾਂ ਕਹਾਣੀ ਸੰਗ੍ਰਹਿ ਇੰਨੀ ਉਹਨਾਂ ਦੀ ਗਿਣਤੀ ਹੈ ਤਾਂ ਉੱਥੋਂ ਅਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਕਿ ਕਿਹੜਾ ਪਹਿਲਾਂ ਆਇਆ ਚਲੋ ਮੰਨ ਲਓ ਕਿਸੇ ਨੇ ਲਾ ਵੀ ਲਿਆ ਕਿ ਜੇ ਧਿਆਨ 'ਚ ਰਹਿ ਗਿਆ ਪਹਿਲੀ ਗੱਲ ਤਾਂ ਜਦੋਂ ਬੰਦਾ ਇਹ ਅਸਿਸਟੈਂਟ ਪ੍ਰੋਫੈਸਰ ਦਾ ਪੇਪਰ ਦੇਣ ਗਿਆ ਨਾ
ਉਹ ਦਿਮਾਗ ਵਿੱਚ ਇਹ ਗੱਲ ਸੋਚ ਕੇ ਨਹੀਂ ਗਿਆ ਕਿ ਐਡੇ ਇਹ ਘਟੀਆ ਕਿਸਮ ਦੇ ਹਲਕੇ ਜਿਹੇ ਸਵਾਲ ਬਣਾ ਦੇਣਗੇ, ਕਿਉਂਕਿ ਆਪ ਤਾਂ ਇਹ ਦਵਾਈਆਂ ਪਾਉਂਦੇ ਯੂਨੀਵਰਸਿਟੀ ਦੇ ਜਿੰਨੇ ਸਾਰੇ ਵੱਡੇ ਪੜ੍ਹਨ ਲਿਖਣ ਵਾਲੇ ਬੁੱਧੀਜੀਵੀ ਵਰਗ ਕਿ ਇਹ ਤੁਸੀਂ ਕੀ ਇਹੋ ਜਿਹੇ ਸਵਾਲ ਪੁੱਛਦੇ ਹੋ, ਤੁਸੀਂ ਤਾਂ ਬੱਚਿਆਂ ਨੂੰ ਕਿਤਾਬਾਂ ਦੇ ਵਿੱਚ ਵੜਨ ਹੀ ਦਿੰਦੇ ਜਦੋਂ ਦੂਸਰੇ ਪੇਪਰ ਹੁੰਦੇ ਨੇ, ਮੰਨ ਲਓ PCS ਦਾ ਪੇਪਰ ਹੁੰਦਾ ਜਾਂ ਮਾਸਟਰ ਗ੍ਰੇਡ ਦੇ ਪੇਪਰ ਹੁੰਦੇ ਆ, ਇਹ ਸਾਰੇ ਪ੍ਰੋਫੈਸਰ ਸਾਰੇ ਰੌਲਾ ਪਾਉਂਦੇ ਆ ਕਿ ਬੱਚੇ ਨੂੰ ਕਿਤਾਬ ਦੇ ਵਿੱਚੋਂ ਥੀਮ ਚੋਂ ਵਿਸ਼ੇ ਚੋਂ ਸਵਾਲ ਪੁੱਛੋ। ਤੁਸੀਂ ਤਾਂ ਬੱਚੇ ਨੂੰ ਬਾਹਰੋਂ ਹੀ ਪੁੱਛੀ ਜਾਂਦੇ ਆ ਕਿਤਾਬ ਦਾ ਰੰਗ ਕਿਹੋ ਜਿਹਾ, ਕਿਤਾਬ ਦੇ ਪੇਜ ਕਿੰਨੇ ਨੇ, ਕਿਤਾਬ ਕਦੋਂ ਆਈ ਹੈ, ਇਹ ਸਵਾਲਾਂ ਦਾ ਅਸੀਂ ਡੱਟ ਕੇ ਵਿਰੋਧ ਕਰਦੇ ਹਾਂ, ਇਹ ਵੀ ਕਰਦੇ ਆਏ ਨੇ, ਪਰ ਸਵਾਲ ਬਣਾਉਣ ਲੱਗਾ ਮੈਂ ਵੀ ਜਦੋਂ ਸਾਰੇ ਬੰਦੇ ਗਏ ਤਾਂ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਇਸ ਤਰ੍ਹਾਂ ਦਾ ਸਵਾਲ ਪੁੱਛਣਗੇ ਕਿਤਾਬ ਕਦੋਂ ਆਈ ਜੀ ਕਿਸੇ ਕਿਤਾਬ ਬਾਰੇ। ਹੁਣ ਕਿਤਾਬ ਦੇ ਤੁਸੀਂ ਸਵਾਲ ਪੁੱਛਣਾ, ਇਹ ਬੜਾ ਹਲਕਾ ਸਵਾਲ ਹੈ, ਕਿਤਾਬ ਦਾ ਸਵਾਲ ਪੁੱਛਣਾ, ਉਹਦੇ ਵਿਸ਼ੇ ਬਾਰੇ ਪੁੱਛੋ। ਦੂਸਰੀ ਵੱਡੀ ਗੜਬੜ ਇਹ ਕੀਤੀ ਕਿ ਪੰਜਾਬੀ ਵਿੱਚ ਭਾਈ ਵੀਰ ਸਿੰਘ ਜੀ ਨੇ, ਪ੍ਰੋਫੈਸਰ ਪੂਰਨ ਸਿੰਘ ਜੀ ਨੇ, ਠੀਕ ਆ ਨਾ, ਪ੍ਰੋਫੈਸਰ ਮੋਹਨ ਸਿੰਘ ਹੋਰੀ ਨੇ, ਅਮਰਤਾ ਪ੍ਰੀਤਮ ਹੋਰੀ ਨੇ, ਕਿੰਨੇ ਵੱਡੇ ਸ਼ਾਇਰ ਨੇ, ਕਿੰਨੇ ਵੱਡੇ ਕਹਾਣੀਕਾਰ ਨੇ। ਕੁਲਵੰਤ ਸਿੰਘ ਵਿਰਕ ਜੀ ਹੋ ਗਏ, ਚਾਹੇ ਤੁਸੀਂ ਮੋਹਨ ਸਿੰਘ ਵੈਦ ਹੋਰਾਂ ਤੋਂ ਲਾ ਲਵੋ, ਕੁਲਵੰਤ ਸਿੰਘ ਵਿਰਕ ਹੋ ਗਏ, ਚਾਹੇ ਤੁਸੀਂ ਜਿੰਨੇ ਵੀ ਗੁਰਬਚਨ ਸਿੰਘ ਭੁੱਲਰ, ਬਹੁਤ ਜ਼ਿਆਦਾ ਕਹਾਣੀਕਾਰ ਨਾਲ ਕੀ ਇਹਨਾਂ ਨੂੰ ਸਾਰੇ ਵਿਸਰ ਗਏ, ਇਹ ਸਵਾਲ ਕਿੱਥੋਂ ਪੁੱਛਦੇ ਪਏ ਨੇ ਸਮਕਾਲੀ, ਜਿਨ੍ਹਾਂ ਦੀਆਂ ਕਵਿਤਾਵਾਂ ਫੇਸਬੁੱਕ ਤੇ ਹਜੇ ਆਈਆਂ ਨੇ ਜਾਂ ਜਿਨ੍ਹਾਂ ਦੀ ਕਵਿਤਾ ਫੇਸਬੁੱਕ ਤੇ ਆਈ ਹੋਈ ਆ, ਜਿਹੜੀ ਕਿਸੇ ਕੋਈ ਵੀ ਜਿਹੜਾ ਪਾਠਕ ਤੱਕ ਹਜੇ ਪਹੁੰਚੀ ਨਹੀਂ ਉਹਦੇ ਸਵਾਲ ਬਣਾ ਰਹੇ, ਇਹਦੇ ਪਿੱਛੇ ਕੀ ਮਕਸਦ ਹੋਵੇਗਾ। ਇਹ ਵੀ ਇੱਕ ਸਵਾਲ ਦਾ ਜਿਹੜਾ ਸਮਾਂ ਸਾਹਿਬ ਜਿਹੜਾ ਇੱਕ ਸਵਾਲ ਬਣਦਾ ਹੈ ਵੱਡਾ ਇਹਨਾਂ ਦੇ ਲਈ ਕਿ ਪੜ੍ਹਨ ਲਿਖਣ ਵਾਲੇ ਕਹਿੰਦੇ ਆ ਕੀ ਇਹ ਭੁੱਲ ਗਏ ਨੇ ਭਾਈ ਵੀਰ ਸਿੰਘ ਹੋਰਾਂ ਨੂੰ, ਕੀ ਇਹ ਭੁੱਲ ਗਏ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੂੰ ਜਾਂ ਸ਼ਿਵ ਕੁਮਾਰ ਬਟਾਲਵੀ ਨੂੰ, ਪ੍ਰੋਫੈਸਰ ਮੋਹਨ ਸਿੰਘ ਨੂੰ, ਵੱਡੇ ਸ਼ਾਇਰਾਂ ਬਾਰੇ ਸਵਾਲ ਹੀ ਨਹੀਂ ਆਇਆ ਕਿੱਧਰ ਗਏ ਨੇ, ਕਦੋਂ ਇਹਨਾਂ ਨੂੰ, ਮਤਲਬ ਇਹ ਨਵੇਂ ਨਵੇਂ, ਅਸੀਂ ਨਹੀਂ ਕਹਿੰਦੇ ਕਿ ਨਵੇਂ ਸ਼ਾਇਰ ਮਾੜੇ ਨੇ, ਨਵੇਂ ਸ਼ਾਇਰ ਬਹੁਤ ਸੋਹਣੀ ਕਵਿਤਾ ਲਿਖਦੇ ਨੇ, ਬਹੁਤ ਸੋਹਣੇ ਮਤਲਬ ਉਹ ਕਹਾਣੀਆਂ ਲਿਖਦੇ ਨੇ, ਬਹੁਤ ਰੰਗ ਆ, ਪਰ ਸਾਰਾ ਪੇਪਰ ਹੀ ਸਮਕਾਲ ਵਿੱਚੋਂ ਪਾ ਦੇਣਾ ਮੋਸਟਲੀ, ਤਾਂ ਉਹਦਾ ਕੋਈ ਮਤਲਬ ਇਹ ਤਾਂ ਕੋਈ ਗੱਲ ਇੰਨਾ ਹੋਏਗੀ, ਠੀਕ ਹੈ ਨਾ। ਫਿਰ ਤੁਸੀਂ ਪਾ ਵੀ ਕਿਤਾਬਾਂ ਹੋ ਰਹੇ ਹੋ ਜਿਹੜੀਆਂ ਪਾਠਕਾਂ ਦੇ ਹੱਥ ਵਿੱਚ ਅਜੇ ਤੱਕ ਨਹੀਂ ਪਹੁੰਚੀਆਂ ਗਈਆਂ। ਸਮਕਾਲੀ ਸ਼ਾਇਰਾਂ ਬਾਰੇ ਜੇ ਗੱਲਬਾਤ ਕਰੀਏ ਤਾਂ ਬਹੁਤ ਸਾਰੇ ਸਮਕਾਲੀ ਸ਼ਾਇਰ ਨੇ ਬਹੁਤ ਖੂਬਸੂਰਤ ਕਵਿਤਾ ਲਿਖਦੇ ਨੇ, ਅਸੀਂ ਉਹਨਾਂ ਦੀ ਕਿਤਾਬਾਂ ਪੜ੍ਹੀਆਂ, ਸਵਾਲ ਪੁੱਛੋ। ਪਰ ਜਿਸ ਸ਼ਾਇਰ ਦੀ ਕਿਤਾਬ ਹਜੇ ਸਾਡੇ ਕੋਲ ਪਹੁੰਚੀ ਨਹੀਂ ਹੈ, ਹਜੇ ਉਹ ਫੇਸਬੁੱਕ ਤੇ ਸ਼ੇਅਰ ਹੋ ਰਹੀ ਆ, ਹਜੇ ਉਹ ਕਵੀ ਵੀ ਪੇਪਰ ਦੇ ਰਿਜ਼ਲਟ ਆਉਣ ਤੋਂ ਬਾਅਦ 10 ਦਿਨ ਬਾਅਦ ਪਾ ਰਿਹਾ ਕਿ ਮੇਰੇ ਕੋਲ ਕਿਤਾਬਾਂ ਪਹੁੰਚ ਗਈਆਂ ਨੇ, ਠੀਕ ਹੈ ਨਾ, ਉਸ ਤਰ੍ਹਾਂ ਦੇ ਮਤਲਬ ਸਵਾਲ ਪਾਉਣ ਦਾ ਮਤਲਬ ਕੀ ਬਣਦਾ ਸੀਗਾ, ਇਹ ਇੱਕ ਸਵਾਲ ਬਣਦਾ। ਇਹ ਤਾਂ ਇੱਕ ਬਹੁਤ ਵੱਡਾ ਵਿਸ਼ਾ ਇਨਕੁਆਇਰੀ ਦਾ ਬਣਦਾ, ਇੱਕ ਮੈਂ ਕਹਾ ਕਿ ਜਾਲਸਾਜ਼ੀ ਬਣਦੀ ਆ। ਕੀ ਤੁਸੀਂ ਅਦਾਲਤ ਵਿੱਚ ਪਹੁੰਚ ਕੀਤੀ ਹੈ ਇਸ ਤਰ੍ਹਾਂ ਦੀ ਜਾਲਸਾਜ਼ੀ ਨੂੰ ਸਾਹਮਣੇ ਲਿਆਉਣ ਲਈ ਕੋਈ ਇਨਕੁਆਇਰੀ, ਕਿਉਂਕਿ ਇਹ ਤਾਂ ਸ਼ਰੇਆਮ ਲੱਗ ਰਿਹਾ ਹੈਗਾ ਵੀ ਇਹ ਤਾਂ ਪੂਰੀ ਦੀ ਪੂਰੀ ਜਾਲਸਾਜ਼ੀ ਆ। ਅਸੀਂ ਵੇਖੋ ਜੀ, ਇਹਦੇ ਨਾਲ ਸੰਬੰਧਿਤ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵੀ ਚਿੱਠੀਆਂ ਦੇ ਚੁੱਕੇ ਹਾਂ, ਸਾਡੇ ਕੋਲ ਜਿਹੜੇ ਸਕੱਤਰ ਨੇ ਐਜੂਕੇਸ਼ਨ ਦੇ ਉਹਨਾਂ ਨੂੰ ਵੀ ਅਸੀਂ ਚਿੱਠੀਆਂ ਜਾਂ ਮੇਲਸ ਵਗੈਰਾ ਰਾਹੀਂ ਆਪਣੀਆਂ ਜਿਹੜੀਆਂ ਪਹੁੰਚਾ ਚੁੱਕੇ ਹਾਂ। ਅਦਾਲਤ ਦੇ ਵਿੱਚ ਵੀ ਅਸੀਂ ਇਹ ਸਵਾਲ ਜਿਹੜੇ ਆ ਖੜੇ ਕੀਤੇ ਨੇ, ਤਾਂ ਉਹਦੇ ਵਿੱਚ ਵੀ ਅਸੀਂ ਇਹ ਪਹੁੰਚੇ ਹੋਏ ਹਾਂ, ਲਾਏ ਹੋਏ ਨੇ ਸਾਡੇ ਜਿਹੜੇ ਆ ਕੇਸ ਵਗੈਰਾ ਚੱਲ ਰਹੇ ਨੇ, ਉਹਨਾਂ ਦੇ ਫੈਸਲਾ ਆਉਣਾ ਬਾਕੀ ਹੈ 20 ਤਰੀਕ ਨੂੰ। ਤੇ ਉਹਦੇ ਵਿੱਚ ਵੀ ਅਸੀਂ ਇਹੀ ਪੁੱਛਿਆ ਕਿ ਤੁਸੀਂ ਇਨਕੁਆਇਰੀ ਕਰਨ ਲਈ ਬਹੁਤ ਵੱਡੇ ਚੌੜੇ ਪੱਧਰ ਤੇ ਜਾਣ ਦੀ ਲੋੜ ਨਹੀਂ ਆ, ਤੁਸੀਂ ਉਹਨਾਂ ਦੇ ਨਾਲ ਜੁੜੇ ਹੋਏ ਵਿਦਿਆਰਥੀ ਉਹ ਲੱਭਣ ਦੇ ਲਈ ਉਹਨਾਂ ਨੇ ਐਮਫਿਲ ਕਿਹਦੇ ਕੋਲੋਂ ਕੀਤੀ ਹੈ, PhD ਕਿਹਦੇ, ਜਿਹੜੇ ਮੈਰਿਟ 'ਚ ਆਏ ਨੇ ਅਸੀਂ ਦੱਸ ਦਿੰਦੇ ਹਾਂ, ਤਾਂ ਉਹਨਾਂ ਦੇ ਲਈ ਜਾਂ ਉਹਨਾਂ ਦੇ ਪਿਛਲੇ ਸਮੇਂ ਦੌਰਾਨ ਜਿਹੜੇ ਵੀ ਟੀਚਰ ਨੇ ਪੇਪਰ ਬਣਾਇਆ ਸੀ, ਨਹੀਂ ਜਾਣਦੇ ਕਿਹਨੇ ਬਣਾਇਆ, ਯੂਨੀਵਰਸਿਟੀ ਦਾ ਮਤਲਬ ਵਾਈਸ ਚਾਂਸਲਰ ਸਾਹਿਬ ਜਾਣਦੇ ਆ, ਕਮੇਟੀ ਜਾਣਦੀ ਕਿਹਨਾਂ ਨੇ ਬਣਾਇਆ, ਉਹਨਾਂ ਦੇ ਪਿਛਲੇ ਸਮੇਂ ਦੌਰਾਨ ਆਈਆਂ ਸੰਪਾਦਿਤ ਕਿਤਾਬਾਂ, ਮੈਗਜ਼ੀਨ ਵੇਖ ਲਓ ਕਿ ਉਹ ਮੈਗਜ਼ੀਨਾਂ ਵਿੱਚ ਕਿਹੜੇ ਬੰਦਿਆਂ ਦੇ ਪੇਪਰ ਲਾ ਰਿਹਾ, ਆਪਦੇ ਸਟੂਡੈਂਟਾਂ ਦੀ ਲਾ ਰਹੇ ਨੇ, ਉਹਨਾਂ ਦੇ ਪੇਪਰ ਲਾ ਰਹੇ, ਕਿ ਜੇਕਰ ਬੰਦਾ ਆਪਣੇ ਵਿਦਿਆਰਥੀ ਨੂੰ ਅੱਗੇ ਲਿਆਉਣ ਲਈ ਉਹਨਾਂ ਕਿਤਾਬਾਂ ਦੇ ਵਿੱਚ ਪੇਪਰ ਲਾ ਰਿਹਾ ਹੈ, ਜਾਂ ਮਤਲਬ ਇੰਨੀ ਛੋਟੇ ਪੱਧਰ ਦੀ ਰਾਜਨੀਤੀ ਕਰਦਾ ਕਿ ਇੱਕ ਮੈਗਜ਼ੀਨ ਦੇ ਵਿੱਚ ਸਿਰਫ ਉਹਨਾਂ ਹੀ ਵਿਦਿਆਰਥੀਆਂ ਦੇ ਪੇਪਰ ਲਾ ਰਿਹਾ ਜੋ ਉਹਦੇ ਚਹੇਤੇ ਨੇ, ਉਹਨਾਂ ਨੂੰ ਪੇਪਰ ਲਾਉਣ ਦੇ ਲਈ ਅੱਗੇ ਲਿਆ ਰਿਹਾ, ਤੇ ਪੇਪਰ ਦੇ ਵਿੱਚ ਪਾਸ ਕਰਾਉਣ ਲਈ ਕਿਉਂ ਨੇ ਅੱਗੇ ਲਿਆ ਹੋਊਗਾ, ਉਹ ਪੱਕਾ ਲੈ ਕੇ ਆਇਆ ਹੈ, ਕਿਉਂਕਿ ਇਹ ਬਹੁਤ ਜ਼ਿਆਦਾ, ਚਾਹੇ ਉਹ ਲੱਕ ਝੂਠ ਮਾਰੀ ਜਾਣ ਕੇ ਉਹਨਾਂ ਦੇ ਬੱਚੇ ਆਏ ਜਾਂ ਨਹੀਂ ਆਏ ਆ, ਉਹ ਇਹਦੀ ਇੱਕ ਜਾਂਚ ਕੀਤੀ ਜਾ ਸਕਦੀ, ਉਹਨਾਂ ਦੀਆਂ OMR ਸੀਟਾਂ ਚੈੱਕ ਕਰ ਲੈਣ ਵਿਦਿਆਰਥੀਆਂ ਦੀਆਂ, ਜਿਨ੍ਹਾਂ ਨੇ ਪੇਪਰ ਬਣਾਇਆ ਉਹਨਾਂ ਦੇ ਸਵਾਲ ਚੈੱਕ ਕਰਨ, ਆਪਣੇ ਆਪ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਜੂਗਾ, ਸਾਹਮਣੇ ਰਿਜ਼ਲਟ ਆਜੂਗਾ ਕਿ ਇਹਨਾਂ ਦੇ ਉਹ ਸਵਾਲ ਠੀਕ ਨੇ, ਬਾਕੀ ਸਾਰੇ ਪੰਜਾਬ ਦੇ ਵੇਖ ਲੈਣ ਕਿ ਉਹ ਕਿੰਨੇ ਕੁ ਬੱਚਿਆਂ ਦੇ ਉਹਨਾਂ ਦੇ ਬਣਾਏ ਹੋਏ ਜਿਹੜੇ ਇਸ ਤਰ੍ਹਾਂ ਦੇ ਗੁੰਝਲਦਾਰ ਸਵਾਲ ਕਿੰਨਿਆਂ ਦੇ ਠੀਕ ਹੋਏ ਨੇ। ਸਾਡੇ ਨਾਲ ਬਣੇ ਹੋਏ ਡਾਕਟਰ ਹਰਪ੍ਰੀਤ ਸਿੱਧੂ, ਇੰਨੀਆਂ ਜ਼ਿਆਦਾ ਤਕਨੀਕੀ ਅਤੇ ਬਰੀਕੀ ਗੱਲਾਂ ਕੀਤੀਆਂ ਨੇ ਜਿਸ ਤੋਂ ਮਤਲਬ ਕੋਈ ਬੰਦਾ ਥੋੜੀ ਜਿਹੀ ਸਮਝ ਵਾਲਾ ਵੀ ਸਹਿਜਤਾ ਨਾਲ ਅੰਦਾਜ਼ਾ ਲਾ ਸਕਦਾ ਕਿ ਇੱਕ ਐਡੇ ਵੱਡੇ ਵਿਸ਼ੇ ਮਾਂ ਬੋਲੀ ਪੰਜਾਬੀ ਜਿਹਦੀਆਂ 150 ਤੋਂ ਉੱਪਰ ਮੈਨੂੰ ਲੱਗਦਾ 150 ਜਾਂ 140 ਤੋਂ ਉੱਪਰ ਨਿਯੁਕਤੀਆਂ ਨਿਕਲੀਆਂ ਹੋਈਆਂ ਨੇ, 142 ਹੈ ਜੀ, 142 ਨਿਯੁਕਤੀਆਂ ਨਿਕਲੀਆਂ ਹੋਈਆਂ ਨੇ, ਔਰ ਉਸਦੇ ਪੇਪਰ ਵਿੱਚ ਇੰਨੇ ਜ਼ਿਆਦਾ ਫਲੋਸ ਨੇ, ਇੰਨੀਆਂ ਜ਼ਿਆਦਾ ਘਾਟਾਂ ਨੇ, ਉਹਦੇ ਵਿੱਚ ਜ਼ਿਆਦਾ ਨਹੀਂ ਤਾਂ ਮੈਂ ਕਹਿ ਸਕਦਾ ਘੱਟੋ ਘੱਟ 50 ਨਿਯੁਕਤੀਆਂ ਦੇ ਉੱਪਰ ਅਸਰ ਪਾਇਆ ਹੋਊ, ਘੱਟੋ ਘੱਟ 50
क्योंकि 25 साल बाद नियुक्तियां हो रही ने 25 साल बाद नियुक्तियां होने का मतलब यह नहीं कि तुम लिया के गधे घोड़े कट्ठे कर दो नहीं सिर्फ घोड़े आने चाहिए ने अगे सिर्फ प्योर करीम आवे ताकि साढ़े बच्चों IAS बनते कर सकन PCS बनते कर सकन इन्हों ने कॉलेजों में जाके पढ़ा इन्होंने पंजाब के भविख में पढ़ा जाके असी किसी तरह का कॉम्प्रोमाइज नहीं होने देवे पूरी कोशिश रहेगी पर की मानयोग अदालत को इसकी इनकुआरी ले इसकी इनकुआरी करने कोई बेनती दी है या बेनती दे रहे हो कुछ इस तरह का कर रहे हो हाँ जी ये असी अपनी एप्लीकेशन वगैरह दी हुई कि इनकुआरी की जाए जाँच यदि की जाए विजिलेंस तक अभी पहुँच की हुई है तो वो है कि असी उम्मीद करते कि वधिया नतीजे आने मैं ना समझ साहब इतने एक छोटी जी होर गल ऐड करनी चाहना जो मैं मुद्दा उठाया सी जो मैं इसनों पेपर तो तुरंत बाद अपने चैनल के उपर बोलिया ज पूरे पंजाब से गया तो वो मेरे बहुत सारे दोस्त कुछ पढ़न लिखन वाले भी जो मैरिट के पढ़ के भी आए हैं मेरे ही दोस्त ने बहुत सारे सोशल मीडिया के उत्ते उन्होंने मेरे विरोधी बनाते कि ये पोस्टा रुका रहा है ये गड़बड़ कर रहा है तो मैं उन्होंने भी तो बाकी दस देना कि साडा मुख मकसद है कि पोस्टा सिरे लगन 25 साल बाद आई ने जिहड़े बंद ने मेहनत की वह सारे लगने चाहिए ने पर जिहड़े बंदे इस तरह की जिहड़ी चालसाजी है जां जिहड़े बंदे इस तरह की चोरी दे विच ने उन्हां दी जरूर पछाण हो के उन्होंने जरूर सज़ा दी जाए साडा मुख मकसद यह है मेरा तो मेरे नाल जिन्हें भी असी दोस्त लगे हुए साडा मकसद यह नहीं पेपर कैंसल करवाना असी भी जानते हैं कि बड़े चिर तो बेरोजगार बैठे हैं 11 साल तो मैं इस दुख नूं हंडा रहा 11 साल मेरे नैट पास होए नूं हो गए ने खुद दे नूं ठीक है ना असी भी प्राइवेट काम करके सारे बंदे ही मतलब बेरोजगार बैठे ने बड़े सालों बाद भर्तियां आईयां सी इह सिरे चढ़नियां चाहीदियां ने मैं इहदे हक च हां जिहड़े बंदिया ने मेहनत की सारे लगने चाहिए आ पर जिहड़े बंदिया ने इस तरह की चलाकी की उन्हां दी इनक्वायरी होनी चाहिए आ उन्हां दी जांच होनी चाहिए आ ते उहदे नाल जुड़े हुए सारे बंदिया नूं जिहड़ी आ सज़ा मिलनी चाहिए आ इह ना होवे कि रवि सिद्धू वाला जिहड़ा पुराना केस उह दुबारा फिर इतिहास दोहराया जावे कि इस तरह नाल फिर रद्द हो गया फिर असीं 20 साल अगे बैठे रहीए फिर असीं त्रासदी जिहड़ा भुगतीए तो एक ना इस तरह का भी जो बहुत ज्यादा प्रचार कर रहे हैं कि मसा पोस्टा आईया जी इन्हों सिरे चढ़ लैन दौ असी कहने चढ़ लैन दी की फिर आप सोचते हैं कि फिर सारे मतलब गधे घोड़े एक बराबर करते फिर सारे चोर लग जाए जाके ठीक है ना फिर जे जे आप सिरे चढ़ने वाली गल आ फिर तुम मर्जी ना पहला कहें कि मसा पोस्टा आईया साढ़े आ बंदे इन्होंने सू रख लैन दो कृपा करके तुम आपका काम करो बाकी पंजाब कहदे हत्ते इन फीसा भरता क्यों इन्ना पेपर देन जाता जी ये भी एक गल है ना सब तो वड्डी गल कि जिहड़ी नियुक्ति है ना जो पद्धर है प्रोफेसर का प्रोफेसर असि प्रोफेसर नूं कितें ऐ नहीं कहिंदे वी इक नौकरी आ प्रोफेसर इक नौकरी नहीं हैगी एक तमगा है एक बंदे दे गले विच लटकदा सोने का तमगा असि कहिंदे वी मुंडा या तां IAS अफसर बन जाए या साडी कुड़ी PCS लग जाए या फिर प्रोफेसर लग जाए यह उस लैवल की नौकरी आ ਉਹ ਜੇ IAS PCS IPS ਮੁਲਕ ਦਾ ਕਾਨੂੰਨ ਚਲਾ ਰਹੇ ਨੇ ਤਾਂ ਇਹਨਾਂ ਨੇ ਉਹ ਬੰਦੇ ਪੈਦਾ ਕਰ ਰਹੇ ਨੇ ਜਿਨ੍ਹਾਂ ਨੇ ਉਹ ਕਾਨੂੰਨ ਚਲਾਉਣੇ ਨੇ ਸੋ ਇਹ ਕੋਈ ਮਾਲੀ ਦਾ ਕੰਮ ਆ ਇਹ ਬਹੁਤ ਵੱਡਾ ਕੰਮ ਆ ਇਹਦੇ ਉੱਤੇ ਅਸੀਂ ਅਡਲਟਰੇਸ਼ਨ ਤਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਇੱਕ ਬੰਦਾ ਵੀ ਗਲਤ ਬਣ ਗਿਆ ਇੱਕ ਮੱਛੀ ਪੂਰੇ ਤਲਾਅ ਨੂੰ ਜੇ ਗੰਦਾ ਕਰ ਸਕਦੀ ਆ ਅਸੀਂ ਨਹੀਂ ਕਹਿੰਦੇ ਕਿ ਸਾਰੇ ਗਲਤ ਨੇ ਉਹਦੇ ਵਿੱਚ ਜੇ 4 ਬੰਦੇ ਵੀ 400 ਵਿੱਚੋਂ ਗਲਤ ਆ ਗਏ ਤਾਂ ਉਹ 4 ਬੰਦਿਆਂ ਨੇ ਕਿੰਨੀਆਂ ਨਸਲਾਂ ਖਰਾਬ ਕਰ ਦੇਣੀਆਂ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਜਦੋਂ ਪੰਜਾਬ ਦੇ ਵਿੱਚ ਚਿੱਟਾ ਚੱਲਿਆ ਉਹ ਕਦੇ ਚੱਲਿਆ ਤਾਂ 4 ਤੋਂ ਹੀ ਹੋਊਗਾ ਉਹ 4 ਤੋਂ 40 40 ਤੋਂ 400 400 ਤੋਂ 4000 4000 ਤੋਂ 40000 40000 ਤੋਂ 4 ਲੱਖ ਕਦੋਂ ਸਾਡਾ ਪੂਰਾ ਪੰਜਾਬ ਨੂੰ ਚਿੱਟਾ ਘੇਰ ਕੇ ਲੈ ਗਿਆ ਉਹ ਚੱਲਿਆ ਤਾਂ ਗੰਦੀ ਮੱਛੀ ਤੋਂ ਜਾਣਾ ਕਿਤੇ ਇਸੇ ਤਰੀਕੇ ਭ੍ਰਿਸ਼ਟਾਚਾਰ ਵੀ ਚੱਲਿਆ ਸੋ ਇਹ ਵੱਡੀਆਂ ਨੌਕਰੀਆਂ ਵੱਡੀਆਂ ਤਨਖਾਹਾਂ ਵੀ ਨੇ ਸੋ ਕਿਸੇ ਨਾ ਕਿਸੇ ਤਰੀਕੇ ਦੇ ਭ੍ਰਿਸ਼ਟਾਚਾਰ ਤੋਂ ਵੀ ਅਸੀਂ ਇਨਕਾਰੀ ਨਹੀਂ ਹੋ ਸਕਦੇ ਪਰ ਮੈਂ ਜ਼ਰੂਰ ਕਹਾਂਗਾ ਪੰਜਾਬ ਨਾਵਾਂ ਦੇ ਇਸ ਮੰਚ ਤੋਂ ਕਿ ਜਿਹੜੇ ਬੰਦਿਆਂ ਨੇ ਪੇਪਰ ਪਾਸ ਕੀਤਾ ਸਾਨੂੰ ਉਹਨਾਂ ਦੀ ਲਿਆਕਤ ਦੇ ਉੱਪਰ ਕੋਈ ਨੁਕਤਾਚੀਨੀ ਕਰਨ ਦਾ ਹੱਕ ਵੀ ਨਹੀਂ ਔਰ ਨਾ ਹੀ ਅਸੀਂ ਕਰ ਰਹੇ ਹਾਂ ਪਰ ਅਸੀਂ ਉਹਨਾਂ ਦੀ ਲਿਆਕਤ ਨੂੰ ਬਚਾਉਣ ਦੀ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਗੈਰ ਲਿਆਕਤੀ ਬੰਦੇ ਨਾ ਤੁਹਾਡੇ ਨਾਲ ਬਣ ਜਾਣ ਬਰਾਤ ਵਿੱਚ ਸਿਰਫ ਬਰਾਤੀ ਹੋਣ ਉਹ ਨੋਟ ਚੱਕਣ ਵਾਲੇ ਨਾ ਬਰਾਤੀ ਬਣ ਕੇ ਨਿਕਲ ਜਾਣ ਉਹ ਜ਼ਿਆਦਾ ਇੰਪੋਰਟੈਂਟ ਗੱਲ लानत ले के नौकरी नहीं लेना चाहते कि साडा भी कल ना आवे पढ़न लिखने वाले बंदे का भी यार भी मैं भी कितने चोरां च शामिल तो नहीं है तुसीं तां सगो खुद कहो भी असीं तां फिर भी मतलब पास कर जाना है इस चीज नूं सानूं पूरी तरह क्लीयर करके फिर सानूं जिहड़ा उहदे विच चुनिया जाए नाले प्रोफेसर आ समाज सिरजक बंदा है किवें तुसी एक मैं छोटी जी बस लास्ट गल है कि एक इन्होंने
ਜਿਹੜੇ ਬੰਦੇ ਨੇ PhD ਕੀਤੀ, ਕਿਤਾਬਾਂ ਲਿਖੀਆਂ, ਜਿਹਨਾਂ ਨੂੰ 11-11 12-12 ਸਾਲ ਕਾਲਜ ਪੜ੍ਹਾਉਂਦਿਆਂ ਨੂੰ ਹੋ ਗਿਆ ਹੈ, ਉਹਨਾਂ ਬੰਦਿਆਂ ਨੂੰ ਇਗਨੋਰ ਕਰਨਾ, ਉਹਨਾਂ ਦੀ PhD ਦੇ ਨੰਬਰ ਨਾ ਗਿਣਨੇ, ਕਿਤਾਬਾਂ ਦੇ ਜਿਹੜੇ ਨੰਬਰ ਨਾ ਗਿਣਨੇ, ਉਹਨਾਂ ਦੇ ਤਜਰਬੇ ਨੂੰ ਉਸ ਤਰ੍ਹਾਂ ਨਾਲ ਸਿਰਫ ਸਰਕਾਰੀ ਕਾਲਜਾਂ ਦੇ ਤਜਰਬੇ ਨੂੰ ਗਿਣਨਾ, ਬਾਕੀਆਂ ਨੂੰ ਨਾ ਗਿਣਨਾ, ਇਹ ਵੀ ਇੱਕ ਤਰ੍ਹਾਂ ਦੇ ਵੱਡੇ ਪੜ੍ਹੇ ਲਿਖੇ ਜਿਹੜਾ ਵਰਗ ਹੈ ਉਹਦੇ ਨਾਲ ਇਹ ਜ਼ਾਤੀ ਹੈ ਕਿ ਹੁਣ ਅਸੀਂ ਨਹੀਂ ਕਹਿੰਦੇ ਕਿ MA ਨੈੱਟ ਪਾਸ ਬੰਦੇ 'ਚ ਲਿਆਕਤ ਨਹੀਂ, ਉਹ ਪੜ੍ਹਾ ਸਕਦਾ, ਪੜ੍ਹਾ ਸਕਦਾ, ਪਰ ਉਹ ਇੱਕ ਬੰਦਾ ਜਿਹਦਾ 10 ਸਾਲ ਦਾ ਪੜ੍ਹਾਉਣ ਦਾ ਤਜਰਬਾ ਹੈ, ਜਿਹਦੀ PhD ਪਾਸ ਹੈ, ਜਿਹੜਾ ਕਿਤਾਬਾਂ, ਜਿਹੜਾ ਇੱਕ ਰਿਸਰਚਰ ਹੈ, ਉਹਦੇ ਬਰਾਬਰ ਉਹ ਹਜੇ ਨਹੀਂ ਆ, ਉਹਨੂੰ ਆਉਣ ਲੱਗੇ ਨੂੰ ਟਾਈਮ ਲੱਗੂਗਾ। ਤੋ ਇੱਕ ਚੰਗਾ ਬੰਦਾ, ਇੱਕ ਵੱਡੀ ਕੁਆਲਿਟੀ ਵਾਲਾ ਬੰਦਾ, ਜਾਂ ਮੈਂ ਕਹਿਣਾ ਹੋਵੇ ਕਿ ਇੱਕ ਐਕਸਪੀਰੀਅੰਸ ਬੰਦਾ ਜਿਹਦੇ ਕੋਲ ਤਜਰਬਾ ਹੈ, ਉਸ ਬੰਦੇ ਨੂੰ ਰੱਖਣ ਦੀ ਬਜਾਏ, ਕਿਉਂਕਿ ਇਹ ਜਾਣ ਬੁੱਝ ਕੇ ਪਲਾਨ ਕੀਤਾ ਗਿਆ PhD ਗਿਣੋ ਹੀ ਨਾ, PhD ਕਾਊਂਟ ਹੀ ਨਹੀਂ ਕੀਤੀ, ਕਾਹਦੇ ਵਾਸਤੇ ਅਸੀਂ ਡਿਗਰੀਆਂ ਵੰਡ ਰਹੇ ਹਾਂ, ਕਾਹਦੇ ਵਾਸਤੇ PhD ਸਾਨੂੰ ਕਰਵਾ ਰਹੇ, ਸਾਡੇ 6-6 ਸਾਲ ਅਸੀਂ ਆਪਦਾ PCS ਦੀ ਤਿਆਰੀ ਕਰਦੇ, ਹੁਣ ਤੱਕ ਕਿਤੇ ਨਾ ਕਿਤੇ ਅਫਸਰ ਲੱਗੇ ਹੋਣਾ ਸੀ, ਠੀਕ ਹੈ, ਸਾਡਾ ਉਹ ਵੀ ਸਾਡਾ ਸਾਰੇ, ਮੇਰਾ ਨਹੀਂ, ਮੇਰੇ ਵਰਗੇ ਕਿੰਨੇ ਬੰਦਿਆਂ ਦਾ ਜਿਹੜਾ ਭਵਿੱਖ ਜਿਹੜਾ ਇਹਦੇ ਵਿੱਚ ਜਿਹੜਾ ਹੈ ਫਸਿਆ ਹੋਇਆ। ਤਾਂ ਸਾਨੂੰ, ਮੇਰੀ ਲਾਸਟ ਇਹੀ ਆ ਕਿ ਅਸੀਂ ਇਸ ਪੋਸਟਾਂ ਨੂੰ ਸਿਰੇ ਚੜਾਉਣਾ ਚਾਹੁੰਦੇ ਹਾਂ, ਪਰ ਇਨਕੁਆਇਰੀ ਹੋਵੇ, ਜਾਂਚ ਹੋਵੇ, ਜਿਹੜੇ ਬੰਦੇ ਦੇ ਦੋਸ਼ੀ ਨੇ ਉਹਨਾਂ ਨੂੰ ਜ਼ਰੂਰ ਸਜ਼ਾ ਮਿਲੇ। ਬਹੁਤ ਸ਼ੁਕਰੀਆ ਤੁਹਾਡਾ ਸਿੱਧੂ ਸਾਹਿਬ, ਤੁਸੀਂ ਸਾਨੂੰ ਵਕਤ ਦਿੱਤਾ। ਥੈਂਕ ਯੂ ਸਰ, ਤੁਹਾਡਾ ਵੀ ਸ਼ੁਕਰੀਆ, ਥੈਂਕ ਯੂ ਜੀ। ਇੰਪੋਰਟੈਂਟ ਗੱਲ, ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਹੋ ਗਈ ਆ ਕਿ ਇਹ ਜਿਸ ਤਰੀਕੇ ਨਾਲ ਸਾਰਾ ਸਰਕਾਰ ਵਿਚਰ ਰਹੀ ਆ ਨਾ, DPI ਵਿਭਾਗ ਵਿਚਰ ਰਿਹਾ, ਜਾਂ ਸਕੱਤਰ ਉਚੇਰੀ ਸਿੱਖਿਆ ਵਿਚਰ ਰਹੇ ਨੇ, ਜਿਸ ਤਰੀਕੇ ਨਾਲ ਸਾਡੇ ਵੱਡੇ ਪ੍ਰਧਾਨ ਮੰਤਰੀ ਸਾਹਿਬ ਵਿਚਰ ਰਹੇ ਨੇ, ਇਹ ਕੋਈ ਤਰੀਕਾ ਸਹੀ ਨਹੀਂ। ਸਾਡੇ ਤੇ ਇਲਜ਼ਾਮ ਲੱਗਦੇ ਆ, ਪੰਜਾਬਨਾਮਾ ਦੇ ਉੱਪਰ ਵੀ, ਤੁਸੀਂ ਸ਼ਾਇਦ ਜਿਵੇਂ ਸਿੱਧੂ ਸਾਹਿਬ ਦੇ ਉੱਪਰ ਵੀ ਇਲਜ਼ਾਮ ਲੱਗਦੇ ਰਹੇ। ਮੈਂ ਪੜ੍ਹੇ ਤੁਹਾਡੇ ਕਮੈਂਟ ਜਿਹੜੇ ਥੱਲੇ ਲਿਖੇ ਨੇ ਕਿ ਇਹ ਬੰਦ ਕਰਾਉਣਾ ਚਾਹੁੰਦੇ ਨੇ। ਅਸੀਂ ਜੇ ਬੰਦ ਕਰਾਉਣਾ ਚਾਹ ਰਹੇ ਹਾਂ ਤਾਂ ਫਿਰ ਸਰਕਾਰ ਨੂੰ ਕੀ ਕਾਹਲੀ ਪਈ ਆ? ਜੇ ਹਾਈਕੋਰਟ ਵਿੱਚ ਜਿਹੜੀ ਚੀਜ਼ ਸੀ ਉਹਨਾਂ ਨੇ ਰਿਪੋਰਟਾਂ ਮੰਗੀਆਂ ਨੇ, ਸਹੀ ਰਿਪੋਰਟਾਂ ਦੇ ਦੇਣ, ਉਹ ਕਾਹਲੀ ਵਿੱਚ ਕਿਉਂ ਹਨੇਰੇ ਵਿੱਚ ਲੋਕਾਂ ਨੂੰ ਬੁਲਾ ਕੇ ਜੁਆਇਨ ਕਰਵਾ ਰਹੇ ਨੇ? ਸਰਕਾਰ ਵੱਲੋਂ, ਸਰਕਾਰ ਨੂੰ ਰੋਕੇ ਜਾਣ ਤੋਂ ਬਾਵਜੂਦ, ਮਾਨਯੋਗ ਹਾਈਕੋਰਟ ਵੱਲੋਂ ਰੋਕੇ ਜਾਣ ਦੇ ਬਾਵਜੂਦ ਵੀ ਸਰਕਾਰ ਜੁਆਇਨ ਕਰਾ ਰਹੀ ਆ, ਲੁਕੋ ਕੇ ਬੰਦਿਆਂ ਨੂੰ ਪੜ੍ਹਾਇਆ ਜਾ ਰਿਹਾ, ਲੁਕੋ ਕੇ ਉਹਨਾਂ ਦੀਆਂ, ਇੱਥੋਂ ਤੱਕ ਵੀ ਰਿਪੋਰਟਾਂ ਹੈਗੀਆਂ ਨੇ ਕਿ ਉਹਨਾਂ ਦੀਆਂ ਹਾਜ਼ਰੀਆਂ ਪ੍ਰਿੰਸੀਪਲ ਲਵਾਉਂਦੇ ਨੇ ਤੇ ਆਪਣੇ ਦਰਾਜ ਵਿੱਚ ਰੱਖ ਲੈਂਦੇ ਨੇ, ਔਰ ਉਹਨਾਂ ਨੂੰ ਜੁਆਇਨਿੰਗ ਰਿਪੋਰਟ ਲੈ ਬਿਨਾਂ ਹੀ ਵਾੜ ਦਿੱਤਾ ਗਿਆ। ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਦਾ ਨਾ ਹਲੇ ਤੱਕ ਪੁਲਿਸ ਇਨਕੁਆਇਰੀ ਹੋਈ ਆ, ਨਾ ਉਹਨਾਂ ਦੀ ਹਲੇ ਮੈਡੀਕਲ ਰਿਪੋਰਟ ਹੋਈ ਆ, ਉਹ ਜੁਆਇਨ ਕਰ ਬੈਠੇ ਨੇ। ਮੈਂ ਉਹਨਾਂ ਨੂੰ ਵੀ ਕਹੂੰਗਾ, ਉਹ ਜੁਆਇਨ ਕਰਕੇ ਗਲਤੀ ਕਰ ਰਹੇ ਨੇ, ਕਿਉਂਕਿ ਕੱਲ ਨੂੰ ਉਹ ਇਹਨਾਂ ਚੱਕਰਾਂ ਵਿੱਚ ਫਸ ਜਾਣਗੇ ਕਿ ਉਹਨਾਂ ਦੀ ਜੁਆਇਨਿੰਗ ਰਿਪੋਰਟ ਨਹੀਂ ਮੰਨੀ ਜਾਣੀ ਉਦੋਂ, ਔਰ ਉਦੋਂ ਉਹਨਾਂ ਦਾ ਮੈਡੀਕਲ ਨਹੀਂ ਹੋਇਆ, ਉਹਨਾਂ ਦੀ ਪੁਲਿਸ ਰਿਪੋਰਟ ਨਹੀਂ ਹੋਈ, ਉਹ ਵੀ ਕੱਲ ਨੂੰ ਜਾ ਕੇ ਸਰਕਾਰ ਦੀ ਇਹਨਾਂ ਚਾਲਾਂ ਵਿੱਚ ਜਾ ਕੇ ਆਪਣਾ ਭਵਿੱਖ ਖਰਾਬ ਕਰ ਰਹੇ ਨੇ। ਔਰ ਜੋ ਸਰਕਾਰ ਹਾਈਕੋਰਟ, ਮਾਨਯੋਗ ਹਾਈਕੋਰਟ ਦੀਆਂ ਨਜ਼ਰਾਂ ਵਿੱਚ ਧੂੜ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੀ ਆ, ਮੇਰੇ ਹਿਸਾਬ ਨਾਲ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਸਰਕਾਰੀ ਅਫਸਰਾਂ ਨੂੰ ਐਡੀ ਕਾਲੀ ਕੀ ਪਈ ਆ, ਕਿਹੜਾ ਇਹੋ ਜਿਹਾ ਲਾਲਚ ਮਾਰ ਰਿਹਾ ਉਹਨਾਂ ਨੂੰ ਕਿ ਇਹਨਾਂ ਨੂੰ ਕਾਲੀ ਲੱਗੀ ਪਈ ਆ, ਉਹ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨ, ਜੁਆਇਨ ਕਰਾਉਣ, ਸੁਰਖਰੂ ਕਰਨ ਸਾਰਿਆਂ ਨੂੰ। ਸੋ ਇਹ ਗੱਲਾਂ ਵੱਡੇ ਸਵਾਲ ਨੇ। ਔਰ ਜਿਹੜੀ ਗਸ਼ਤੀ ਚਿੱਠੀ ਕੱਲ੍ਹ ਨਿਕਲੀ ਆ ਕਿ ਸਰਕਾਰ ਨੇ ਮੰਗਿਆ ਸੀ PPSC ਤੋਂ ਪੋਸਟਾਂ 931, ਔਰ PPSC ਨੇ ਜਵਾਬ ਦਿੱਤਾ ਕਿ ਅਸੀਂ ਪੋਸਟਾਂ ਦੇ ਹੀ ਨਹੀਂ ਸਕਦੇ, ਇਹ ਸੰਵਿਧਾਨ ਦੀ ਉਲੰਘਣਾ ਹੋਊਗੀ। ਸਰਕਾਰ ਬੜੇ ਪਾਸਿਓਂ ਫਸ ਰਹੀ ਆ। ਚਲੋ ਇਹ ਵਿਸ਼ਾ ਅਸੀਂ ਫੇਰ ਕਦੇ ਟੋਲਾਂਗੇ, ਪਰ ਜਿਹੜੀਆਂ ਗੱਲਾਂ ਅੱਜ ਡਾਕਟਰ ਸਿੱਧੂ ਨੇ ਚੱਕੀਆਂ ਨੇ, ਇਹ ਇੱਕ ਬਹੁਤ ਵੱਡਾ ਘੋਖ ਦਾ ਵਿਸ਼ਾ। ਮੈਂ ਚਾਹਾਂਗਾ ਕਿ ਜ਼ਰੂਰ ਇਹਦੇ ਤੇ ਉੱਤੇ ਵਾਈਸ ਚਾਂਸਲਰ ਸਾਹਿਬ ਨੂੰ ਹੀ ਵੱਡੇ ਕਦਮ ਲੈਣੇ ਚਾਹੀਦੇ ਨੇ, ਔਰ ਸੈਕਟਰੀ ਐਜੂਕੇਸ਼ਨ ਨੂੰ ਕਦਮ ਲੈਣੇ ਚਾਹੀਦੇ। ਬਹੁਤ ਸ਼ੁਕਰੀਆ ਤੁਸੀਂ ਸਾਡਾ ਸਮਾਂ, ਤੁਸੀਂ ਦਿੱਤਾ ਪੰਜਾਬਨਾਮਾ ਨੂੰ ਸਮਾਂ। ਸਿੱਧੂ ਸਾਹਿਬ ਇੱਕ ਵਾਰ ਫੇਰ ਤੁਹਾਡਾ ਬਹੁਤ ਧੰਨਵਾਦ, ਔਰ ਪੰਜਾਬਨਾਮਾ ਦੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਪੂਰਾ ਪ੍ਰੋਗਰਾਮ ਦੇਖਿਆ ਔਰ ਆਪਣੇ ਕਮੈਂਟ ਥੱਲੇ ਸ਼ੇਅਰ ਕੀਤੇ। ਬਹੁਤ ਧੰਨਵਾਦ।